ਪੰਜਾਬ ਇੱਕ ਖੇਤੀਬਾੜੀ ਸੂਬਾ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਕ੍ਰਾਈਸਿਸ ਨੇ ਜਿਹੜੇ ਉਹ ਦਿਨ-ਪ੍ਰਤੀ ਦਿਨ ਵਧਦੇ ਜਾ ਰਹੇ ਨੇ ਇਸ ਦੇ ਨਾਲ ਹੀ ਜੇਕਰ ਖੇਤੀਬਾੜੀ ਦੀ ਗੱਲ ਕੀਤੀ ਜਾਵੇ ਤਾਂ ਖੇਤੀਬਾੜੀ ਕ੍ਰਾਈਸਿਸ ਦਾ ਜਿਹੜਾ ਲਗਭਗ ਬੀਤੇ ਦਿਨਾਂ ਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਸਿਸ ਆ ਵਧਦਾ ਜਾ ਰਿਹਾ ਹੈ ਇਹਨਾਂ ਖੇਤੀਬਾੜੀ ਦੇ ਕਿਸ ਤਰ੍ਹਾਂ ਨਾਲ ਕ੍ਰਾਈਸਿਸ ਤੋਂ ਬਾਹਰ ਨਿਕਲਿਆ ਜਾਵੇ ਉਸ ਬਾਰੇ ਅੱਜ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਮਿਥ ਸਿੰਘ ਸਮਿਤ ਸਿੰਘ ਦੀ ਥੋੜੀ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਮਾਡਲ ਨਵਜੋਤ ਸਿੰਘ ਸਿੱਧੂ ਜਿਸ ਨੂੰ ਕਹਿੰਦੇ ਸਨ ਕਿ ਪੰਜਾਬ ਮਾਡਲ ਤਿਆਰ ਕੀਤਾ ਗਿਆ ਤਾਂ ਜੇਕਰ ਉਹ ਕਿਸੇ ਨੇ ਤਿਆਰ ਕੀਤਾ ਤਾਂ ਉਹ ਸਮਿਥ ਸਿੰਘ ਸਨ ਤਾਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਅਤੇ ਖੇਤੀਬਾੜੀ ਦੇ ਮੁੱਦਿਆਂ ਤੇ ਵਿਸ਼ੇਸ਼ ਚਰਚਾ ਕਰਾਂਗੇ ਕਿਸ ਤਰ੍ਹਾਂ ਨਾਲ ਜਿਹੜਾ ਪੰਜਾਬ ਨੂੰ ਜਸ ਮੀਸਿਕ ਕਿਸ ਤਰ੍ਹਾਂ ਦੇਖਦੇ ਹੋ ਖੇਤੀਬਾੜੀ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਕ੍ਰਾਈਸਿਸ ਵੱਧਦਾ ਜਾ ਰਿਹਾ ਹੈ ਕਿਸ ਤਰ੍ਹਾਂ ਨਾਲ ਉਭਰਿਆ ਜਾ ਸਕਦਾ ਹਾਲਾਂਕਿ ਤੁਸੀਂ ਆਪਣੇ ਪੰਜਾਬ ਮਾਡਲ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਏ ਸੀ ਪਰ ਕੀ ਲੱਗਦਾ ਹੈ ਕਿ ਤੁਹਾਡੇ ਪੰਜਾਬ ਮਾਡਲ ਦੇ ਵਿੱਚ ਖੇਤੀਬਾੜੀ ਜੋ ਗੱਲਾਂ ਕਹੀਆਂ ਗਈਆਂ ਸਨ ਤੋਂ ਉਸ ਨਾਲ ਖੇਤੀਬਾੜੀ ਕ੍ਰਾਈਸਿਸ ਖਤਮ ਹੋ ਸਕਦਾ ਹੈ ਦੇਖੋ ਪੰਜਾਬ ਦੀ ਜਿਹੜੀ ਖੇਤੀ ਦੀ ਮੁਸ਼ਕਲ ਹੈ ਉਸ ਨੂੰ ਖਲ ਕਰੇ ਬਿਨਾ ਆਪਾਂ ਪੰਜਾਬ ਦੀ 70% ਆਬਾਦੀ ਦੀ ਮੁਸ਼ਕਲ ਹੱਲ ਨਹੀਂ ਕਰ ਸਕਦੇ ਪੰਜਾਬ ਦੀ ਖੇਤੀ ਦੀ ਉਪਜ ਐ ਪਿਛਲੇ 11 ਸਾਲਾਂ ਤੋਂ ਲਗਾਤਾਰ ਘਟ ਰਹੀ ਹੈ। ਪੰਜਾਬ ਦੀ ਖੇਤੀ ਦੀ ਲਾਗਤ ਵਧ ਰਹੀ ਹੈ। ਕਿਸਾਨ ਦੀ ਆਮਦਨ ਘਟਦੀ ਜਾ ਰਹੀ ਹੈ। ਖੇਤ ਮਜ਼ਦੂਰ ਬੇਹਾਲ ਹੈ। ਤੁਸੀਂ ਕਿਸੇ ਮਰਜ਼ੀ ਕਿਸਾਨ ਨੂੰ ਮਿਲੋ ਉਹ ਕਰਜ਼ਾਈ ਹੋਇਆ ਬੈਠਾ ਹੈ। ਖੇਤੀ ਕਾਨੂੰਨ ਆਣ ਤੋਂ ਪਹਿਲਾਂ ਵੀ ਤੇ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਕਿਸਾਨੀ ਦੀ ਮੁਸ਼ਕਲ ਉਵੇਂ ਚੱਲ ਰਹੀ ਹੈ। ਤੇ ਇਹ ਜਿਹੜੀ ਖੇਤੀ ਹੈ ਨਾ ਇੱਕ ਸਟੇਟ ਸਬਜੈਕਟ ਹੈ। ਇਹ ਰਾਜ ਦੇ ਅਧੀਨ ਹੈ। ਤੇ ਪੰਜਾਬ ਸਰਕਾਰ ਨੇ ਇਹਦੇ ਹੱਲ ਕੱਢਨੇ ਹਨ। ਤੇ ਪੰਜਾਬ ਸਰਕਾਰ ਨੂੰ ਇਹਦੇ ਹੱਲ ਕੱਢਨੇ ਬੜੇ ਜ਼ਰੂਰੀ ਨੇ। ਕਿਉਂਕਿ ਜੇ ਆਪਾਂ ਹੁਣ ਖੇਤੀ ਦੀ ਬਾਣੀ ਆਪਾਂ ਤਾਂ ਕੇਂਦਰ ਦਾ ਮਨਸੂਬਾ ਪਹਿਲਾਂ ਹੀ ਸਮਝਣ ਲੱਗ ਗਏ ਆ। ਔਰ ਤਿੰਨ ਖੇਤੀਗਰਾਂ ਨੇ ਦੱਸਤਾ ਕਿ ਉਹ ਕਿਹੜੇ ਰਾਹ ਨੂੰ ਪਏ। ਹੁਣ ਉਹ ਜਿਹੜੇ ਰਾਹ ਨੂੰ ਪਏ ਨੇ ਆਨ ਕਲ ਨੂੰ ਆ ਨਹੀਂ ਪਤਾ ਕਿ ਪੀਡੀਐਸ ਸਿਸਟਮ ਬੰਦ ਹੋ ਜਾਏ ਸਾਡੀ ਸਰਕਾਰੀ ਖਰੀਦ ਬੰਦ ਹੋਣ ਲੱਗ ਜਾਏ। ਕਿਉਂਕਿ ਉਹ ਕੇਂਦਰੀ ਖਰੀਦ ਦਾ ਫੂਡ ਕੋਆਪਰੇਸ਼ਨ ਆਫ ਇੰਡੀਆ ਖਰੀਦਦੀ ਹੈ। ਉਹਦੇ ਵਾਸਤੇ ਅਸੀਂ ਕੀ ਵਿਕਲਪ ਬਣਾਈਏ? ਉਹ ਰਾਹ ਆਪਣੇ ਬਹੁਤ ਜ਼ਰੂਰੀ ਨੇ। ਤੇ ਉਹ ਰਾਹ ਤੇ ਚੱਲਣਾ ਪੰਜਾਬ ਨੂੰ ਹੁਣ ਸ਼ੁਰੂ ਕਰਨਾ ਚਾਹੀਦਾ। ਕੀ ਵਿਕਲਪ ਕੀ ਨੇ? ਤੁਹਾਡੇ ਕੋਲੇ ਕੀ ਵਿਕਲਪ ਨੇ ਜੋ ਜਿਸ ਨਾਲ ਜਿਹੜਾ ਇਸ ਚੀਜ਼ ਤੋਂ ਬਾਹਰ ਦੇਖੋ ਪਹਿਲਾਂ ਤਾਂ ਆਪਾਂ ਪੰਜਾਬ ਦੀ ਖੇਤੀ ਦੀ ਮੁਸ਼ਕਲ ਨੂੰ ਸਮਝੀਏ ਕਿ ਹੈ ਕੀ ਕਿ ਮੁਸ਼ਕਲਾਂ ਹਨ ਕੀ ਮੈਂ ਤੁਹਾਨੂੰ ਇਸ ਨੂੰ ਦੋ ਤਿੰਨ ਤਰੀਕੇ ਨਾਲ ਦੱਸ ਸਕਦਾ ਪਹਿਲੀ ਗੱਲ ਤਾਂ ਆਪਾਂ ਸਮਝਦੇ ਹਾਂ ਕਿ ਆਪਾਂ ਗ੍ਰੀਨ ਰੈਵਲੂਸ਼ਨ ਨੂੰ ਜਾਣਦੇ ਹਾਂ ਹਰੀ ਕ੍ਰਾਂਤੀ ਨੂੰ ਜਾਣਦੇ ਹਾਂ ਕਾਂਗਰਸ ਪਾਰਟੀ ਨੇ ਦੇਸ਼ ਸਰਕਾਰ ਸੀ ਉਹਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਐਮਐਸਪੀ ਲਿਆਂਦੀ ਕਾਂਗਰਸ ਪਾਰਟੀ ਨੇ ਉਹਨਾਂ ਨੇ ਏਪੀਐਮਸੀ ਮੰਡੀਆਂ ਬਣਾਈਆਂ ਏਪੀਐਮਸੀ ਮੰਡੀਆਂ ਸਰਕਾਰੀ ਖਰੀਦ ਲੈਂਦੀ ਦੇਸ਼ ਦੇ ਅੰਦਰ 67% ਜਿਹੜੇ ਗਰੀਬ ਲੋਕ ਸੀਗੇ ਜਿਨ੍ਹਾਂ ਨੂੰ ਅਨਾਜ ਨਹੀਂ ਪਹੁੰਚ ਰਿਆ ਸੀਗਾ ਉਹਨਾਂ ਨੂੰ ਅਨਾਜ ਪਹੁੰਚਾਉਣ ਵਾਸਤੇ ਪੀਡੀਐ ਸਿਸਟਮ ਲੰਦਾ ਫੂਡ ਸਿਕਿਉਰਿਟੀ ਕਾਨੂੰਨ ਲਿਆਂਦਾ ਉਸ ਦੇ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਨੂੰ ਹੋਇਆ ਕਿ ਇੱਥੋਂ ਖਰੀਦ ਸਭ ਤੋਂ ਜ਼ਿਆਦਾ ਹੁੰਦੀ ਸੀ ਇਹ ਸਭ ਕੁਝ ਪੰਜਾਬ ਦੇ ਹੱਕ ਵਿੱਚ ਹੋਇਆ ਮਨਰੇਗਾ ਆਇਆ ਮਜ਼ਦੂਰਾਂ ਵਾਸਤੇ ਹੋਰ ਰੋਜ਼ਗਾਰ ਦਾ ਸਾਧਨ ਬਣਿਆ ਕਿ ਉਹ ਪਿੰਡ ਰਹਿ ਸਕਣ ਦੂਸਰੇ ਰੋਜ਼ਗਾਰ ਵੀ ਕਰ ਸਕਣ ਹੁਣ ਇਸ ਤੋਂ ਬਾਅਦ ਵੱਡੀ ਮੁਸ਼ਕਲ ਕਿੱਥੇ ਆਈ ਪੰਜਾਬ ਨੂੰ 1997 ਤੋਂ ਜਿਹੜੀ ਪੰਜਾਬ ਦੀ ਕਿਸਾਨੀ ਹੈ ਉਹ ਬਿਹਾਲ ਹੋਣ ਲੱਗੀ ਕਿਉਂਕਿ ਇਹ ਜਿਹੜੀਆਂ ਸੈਂਟਰ ਦੀਆਂ ਸਾਰੀਆਂ ਸਕੀਮਾਂ ਸੀ ਇਹਦਾ ਫਾਇਦਾ ਪੰਜਾਬ ਚੱਕ ਰਿਹਾ ਸੀਗਾ ਪਰ ਉਸ ਤੋਂ ਬਾਅਦ ਪੰਜਾਬ ਦੀ ਕਿਸਾਨੀ ਇੱਕ ਤਰ੍ਹਾਂ ਨਾਲ ਹਸਤਾਲ ਦੇ ਬਿਸਤਰ ਤੇ ਚਲੀ ਗਈ ਆ ਆਪਾਂ ਪਹਿਲੀ ਇੱਕ ਚੀਜ਼ ਦੀ ਸਬਸਿਡੀ ਬਣਾਈ ਕਿ ਫਰਟੀਲਾਈਜ਼ਰ ਨੂੰ ਸਬਸਿਡਾਈਜ਼ ਕਰ ਦੋ ਉਸ ਟਾਈਮ ਤੇ ਲਿਆਂਦਾ ਗਿਆ ਫਿਰ 97 ਵਿੱਚ ਲਿਆਂਦਾ ਗਿਆ ਪੰਜਾਬ ਸਰਕਾਰ ਵੱਲੋਂ ਕਿ ਪਾਣੀ ਸਬਸਿਡਾਈਜ਼ ਕਰ ਦੋ ਪੈਸਟਿਸਾਈਡ ਦੀ ਸਬਸਿਡੀ ਆ ਗਈ ਬੀਜ ਤੇ ਸਬਸਿਡੀ ਆ ਗਈ APMC ਮੰਡੀ ਸਰਕਾਰੀ ਖਰੀਦ ਹੈਗੀ ਇਹ ਸਭ ਕੁਝ ਹੋਣ ਦੇ ਬਾਵਜੂਦ ਕਿਸਾਨ ਆਤਮ ਹੱਤਿਆ ਕਰ ਰਹੇ ਆ ਇਹਦਾ ਮਤਲਬ ਹੁਣ ਜਿਹੜਾ ਇਹ ਮਰੀਜ਼ ਐ ਜਿਹੜਾ ਬਿਸਤਰ ਤੇ ਪਿਆ ਐ ਪਿਛਲੇ 20 ਸਾਲਾਂ ਤੋਂ ਵੀ ਪਿਛਲੇ 20 ਸਾਲਾਂ ਨੂੰ ਦਵਾਈ ਦੇ ਕੇ ਤੋਰੀ ਜਾ ਰਹੇ ਆ ਇਹਦੇ ਕੋਈ ਹੱਲ ਕੱਢਨੇ ਪੈਣਗੇ ਆਪਾਂ ਕਿਸਾਨ ਨੂੰ ਬੜੇ ਸਾਨੀ ਨਾਲ ਕਹਿ ਦਿੰਦੇ ਆ ਕਿ ਤੂੰ ਡਿਵਰਸਿਫਾਈ ਕਰ ਲੈ ਤੁਸੀਂ ਐਮਐਸਪੀ ਵਾਲੀ ਫਸਟਾਂ ਦੋ ਛੱਡ ਕੇ ਕਣਕ ਤੇ ਜਿਰੀ ਛੱਡ ਕੇ ਕੋਈ ਹੋਰ ਫਸਟਾਂ ਲਾ ਲਓ ਉਹ ਕਿੱਥੋਂ ਲਾ ਲੇ ਉਹ ਤਾਂ ਪਹਿਲਾਂ ਹੀ ਕਰਦਾ ਹੀ ਹੋਇਆ ਬੈਠਾ ਐ ਤੇ ਤੁਹਾਨੂੰ ਪਤਾ ਐ ਵੀ ਐ ਲਾਉਂਗਾ ਆਹ ਮਸ਼ੀਨਾਂ ਐਨਾ ਲੇਬਰ ਐਨੇ ਪੈਸੇ ਲੱਗਣਗੇ ਤੇ ਮੇਰੀ ਖਰੀਦ ਹੋ ਜੂ ਉਹ ਡਰ ਕਿਉਂ ਰਹਿ ਖੇਤੀ ਕਾਨੂੰਨਾਂ ਤੋਂ ਉਹ ਡਰ ਇਸ ਕੋਰ ਕਰਕੇ ਰਿਹਾ ਉਹਨੂੰ ਡਰ ਪਿਆ ਕਿ ਇਹ ਤੇ ਇੱਕ ਸਰਕਾਰੀ ਖਰੀਦ ਬੰਦੂ ਵਿੱਚ ਜਾਣਾ ਕਿਧਰ ਨੂੰ ਜੇ ਪ੍ਰਾਈਵੇਟ ਟਰੇਡਰ ਆ ਗਿਆ ਉਹਨਾਂ ਨੇ ਮੈਨੂੰ ਐਮਐਸਪੀ ਨਹੀਂ ਦੇਣੀ ਏਪੀਐਮਸੀ ਮੰਡੀ ਚ ਮੈਂ ਪ੍ਰੋਟੈਕਟਡ ਆ ਜੇ ਕੇਂਦਰ ਸਰਕਾਰ ਪ੍ਰਾਈਵੇਟ ਟਰੇਡਰ ਨੂੰ ਲੈਣਾ ਚਾਹੁੰਦੀ ਸੀ ਤੇ ਉਹ ਏਪੀਐਮਸੀ ਮੰਡੀ ਦੇ ਵਿੱਚ ਲੈ ਕੇ ਆਂਦੀ ਜੋ ਆ ਕਹਿੰਦੇ ਸੀ ਐਮਐਸਪੀ ਨਹੀਂ ਜਾਏਗੀ ਏਪੀਐਮਸੀ ਵਿੱਚ ਲੈ ਕੇ ਆਂਦੀ ਜੋ ਜਿਆਦਾ ਦਿੰਦੇ ਸੀ ਉਹ ਜਿਆਦਾ ਦੇ ਦਿੰਦੇ ਜਦੋਂ ਨੂੰ ਲੱਗਿਆ ਕਿ ਬਾਹਰ ਮੰਡੀ ਬਣੂਗੀ ਤਾਂ ਮੈਂ ਕਿੱਧਰ ਜਾਊਂਗਾ ਕੰਟਰੈਕਟ ਫਾਰਮਿੰਗ ਕਾਨੂੰਨ ਨੇ ਜਿਹੜੇ ਕਿਸਾਨ ਦੀਆਂ ਤਾਕਤਾਂ ਸੀਗੀਆਂ ਉਹ ਪੂੰਜੀ ਪਤੀ ਨੂੰ ਦੇਣੀ ਆ ਸੀ ਗਿਆ ਜਦ ਕਿ 2013 ਵਿੱਚ ਜਿਹੜਾ ਕੰਟਰੈਕਟ ਫਾਰਮਿੰਗ ਕਾਨੂੰਨ ਕੇਂਦਰ ਲੈ ਕੇ ਆਈ ਹੈ ਉਹ ਕਾਨੂੰਨ ਬਾਦਲਾਂ ਦੀ ਸਰਕਾਰ ਵਿੱਚ ਪੰਜਾਬ ਚ ਆ ਚੁੱਕਿਆ ਹੈ ਕੇਂਦਰ ਵਾਲਾ ਕਾਨੂੰਨ ਤਾਂ ਉਹਦੀ ਕਾਪੀ ਸੀ ਪਰ ਉਸ ਤਰ੍ਹਾਂ ਲਾਗੂ ਨਹੀਂ ਹੋਇਆ ਉਹ ਲਾਗੂ ਅਸੀਂ ਹੋਣ ਨਹੀਂ ਦਿੱਤਾ ਉਹ ਲਾਗੂ ਹੋਣ ਦਾ ਡਰ ਸੀ ਲੋਕਾਂ ਨੂੰ ਕਿ ਉਸ ਤਰ੍ਹਾਂ ਕੰਟਰੈਕਟ ਫਾਰਮਿੰਗ ਕਾਨੂੰਨ ਆ ਜਾਏਗਾ ਇਹ ਸਾਰੇ ਲੋਕਾਂ ਦੇ ਮਨ ਦੇ ਡਰ ਬੈਠੇ ਨੇ ਤੇ ਕਿਸਾਨੀ ਇੱਕ ਤਰ੍ਹਾਂ ਨਾਲ ਹਸਤਾਲ ਦੇ ਵਿਸਤ੍ਰਿਤ ਪਈ ਹੈ ਐ ਐਮਐਸਪੀ ਦੀ ਗੱਲ ਕਰ ਰਹੇ ਤੁਸੀਂ ਐਮਐਸਪੀ 23 ਫਸਲਾਂ ਤੇ ਕਿਹਾ ਜਾਂਦਾ ਕਿ ਐਮਐਸਪੀ ਪੂਰਨ ਤੌਰ ਤੇ ਦਿੱਤੀ ਜਾਂਦੀ ਹੈ ਪਰ ਜੇਕਰ ਰਿਐਲਿਟੀ ਦੇਖੀ ਜਾਵੇ ਤਾਂ ਦੋ ਫਸਲਾਂ ਤੇ ਹੀ ਮਿਲਦੀ ਹੈ ਤਾਂ ਫਿਰ ਕਿਸ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਫਸਲੀ ਚੱਕਰ ਹੈ ਜਿਹੜਾ ਉਹ ਅਪਣਾਇਆ ਜਾਵੇ ਦੇਖੋ ਐ ਐਮਐਸਪੀ ਤਈ ਫਸਲਾਂ ਤੇ ਇੱਕ ਪਾਲਿਸੀ ਨਾਲ ਦੱਸੀ ਜਾਂਦੀ ਹੈ ਕਿ ਇੰਨੀ ਹੋਣੀ ਚਾਹੀਦੀ ਹੈ ਉਹ ਕਾਨੂੰਨੀ ਨਹੀਂ ਹੈ ਇਹਦਾ ਮਤਲਬ ਉਹ ਕਿਸੇ ਤੇ ਜ਼ਿੰਮੇਵਾਰੀ ਨਹੀਂ ਵੀ ਉਸੇ ਨਹੀਂ ਦਿ ਲੋ ਜਦੋਂ ਸਰਕਾਰੀ ਏਜੰਸੀ ਖਰੀਦਣ ਆਂਦੀ ਹੈ ਤੇ ਪੰਜਾਬ ਵਿੱਚ ਸਿਰਫ ਕਣਕ ਤੇ ਜੂਰੀ ਸਰਕਾਰੀ ਏਜੰਸੀਆਂ ਖਰੀਦਨ ਆਂਦੀਆਂ ਨੇ ਤੇ ਉਹ ਐਮਐਸਪੀ ਤੇ ਖਰੀਦਦੀਆਂ ਨੇ ਪ੍ਰਾਈਵੇਟ ਟਰੇਡਰ ਫ੍ਰੀ ਹੋ ਕੇਨੇ ਤਾਂ ਮਰਜੀ ਫ੍ਰੀਦ ਸਕਦਾ ਠੀਕ ਹੈ ਇਹ ਤਾਂ ਐਮਐਸਪੀ ਦਾ ਰੂਲ ਹੈ ਜਿਹਨੇ ਆਪਾਂ ਐਮਐਸਪੀ ਦੇ ਰੂਲ ਨੂੰ ਸਮਝੀਏ ਮਗਰ ਮੈਂ ਤੁਹਾਨੂੰ ਚੁੜਾਇਥੇ ਦੋ ਪੰਜਾਬ ਦੇ ਹਾਲਾਤ ਵਾਸਤੇ ਦੋ ਬੜੇ ਸਿੰਪਲ ਐਗਜ਼ਾਮਪਲ ਦਿੰਨਾ ਦਾਲਾਂ ਤੇ ਤੇਲ ਬੀਜ ਇਹ ਵੀ ਉਤਈ ਫਸਲਾਂ ਚਾਹੁੰਦੇ ਨੇ ਠੀਕ ਹੈ ਹੁਣ ਦੇਸ਼ ਆਪਣਾ 70% ਦੀ ਤੇਲ ਬੀਜ ਬਾਹਰੋਂ ਮੰਗਾਂਦਾ ਪੰਜਾਬ ਵੀ 70% ਦੀ ਤੇਲ ਬੀਜ ਬਾਹਰੋਂ ਮੰਗਾਂਦਾ ਪੰਜਾਬ ਅੰਦਰ ਤੇਲ ਬੀਜ ਉਗ ਸਕਦੇ ਨੇ ਆਪਾਂ ਤੇਲ ਬੀਜਾਂ ਤੋਂ ਤੇਲ ਕੱਢਣਾ ਉਹਦੀ ਪ੍ਰੋਸੈਸਿੰਗ ਪੰਜਾਬ ਤੇ ਮਾਰਕੀਟ ਕਰ ਸਕਦੀ ਹੈ ਉਹ ਤੇਈ ਫਸਲਾਂ ਚਾਹੁੰਦਾ ਵੀ ਹੈ ਕਿਉਂ ਨਾ ਪੰਜਾਬ ਆਪਣੇ ਕਿਸਾਨਾਂ ਦੀ ਮਾਤ ਵਾਸਤੇ ਉਹੀ ਐਮਐਸਪੀ ਤੇਲ ਬੀਜਾਂ ਤੇ ਲਾਗੂ ਕਰ ਦੇ ਉਹਨੂੰ ਪ੍ਰੋਸੈਸ ਕਰੇ ਜਦ ਸਾਨੂੰ ਪਤਾ ਹੈ ਕਿ ਅਸੀਂ ਬਾਹਰਲੇ ਦੇਸ਼ਾਂ ਤੋਂ ਮੰਗਾ ਰਹੇ ਹਾਂ ਘਟ ਤੋ ਘਟ ਪੰਜਾਬ ਆਪ ਦੀ ਰਿਕੁਆਇਰਮੈਂਟ ਵਾਸਤੇ ਬਾਹਰੋਂ ਮੰਗਾਣਾ ਬੰਦ ਕਰ ਦੇ ਪੰਜਾਬ ਦੀ ਰਿਕੁਆਇਰਮੈਂਟ ਪੂਰੀ ਕਰਨੀ ਸਟਾਰਟ ਕਰ ਦੇ ਆਸਾਨ ਕੰਮ ਹੈ ਤੁਹਾਨੂੰ ਹਰ ਸਾਲ ਪਤਾ ਹੈ ਕਿ ਪੰਜਾਬ ਨੇ ਬਾਹਰੋਂ ਕਿੰਨਾ ਮੰਗਾਣਾ ਸਰਕਾਰ ਹੁਣੀ ਕੱਢ ਕੇ ਦੇਖ ਲੈ ਵੀ 800 ਕਰੋੜ ਦਾ ਬਾਹਰੋਂ ਤੇਲ ਵੀ ਜਾ ਰਿਹਾ ਮਾਰਕੀਟ ਤੇ ਪੰਸਬ ਨੂੰ ਕਹੇ ਤੁਸੀਂ ਬਾਹਰੋਂ ਨਹੀਂ ਲੈਣਾ ਕਿਸਾਨਾਂ ਨੂੰ ਕਹੇ ਤੁਸੀਂ ਪੂਰੇ ਲਾ ਲੋ ਅਸੀਂ ਇਹਨੂੰ ਪ੍ਰੋਸੈਸ ਕਰਾਂਗੇ ਸਰਕਾਰੀ ਧਾਰੇ ਕਰਨਗੇ ਰੋਜ਼ਗਾਰ ਵੀ ਆਊਗਾ ਕਿਸਾਨਾਂ ਨੂੰ ਫਾਇਦਾ ਮਿਲੂਗਾ ਐਮਐਸਪੀ ਪਹਿਲਾਂ ਹੀ ਅਨਾਉਂਸਡ ਹੈ ਤੇ ਪਹਿਲਾਂ ਪੰਜਾਬ ਆਪ ਦੇ ਵਾਸਤੇ ਕਰ ਲੈ ਜਦੋਂ ਪੰਜਾਬ ਨੂੰ ਪੂਰਾ ਹੋਣ ਲੱਗਿਆ ਬਾਹਰ ਭੇਜਣ ਲੱਗ ਜੀਏ ਦੂਸਰੀ ਚੀਜ਼ ਕਰਦੇ ਆਂ ਦਾਲਾਂ ਦੀ ਹੁਣ ਦਾਲਾਂ ਆਪ ਬਾਹਰੋਂ ਮੰਗਾਨੇ ਆਂ ਪੰਜਾਬ ਵਿੱਚ ਕਈ ਵਾਰੀ ਈਰਾਨ ਤੇ ਮੋਜ਼ੰਬਿਕ ਤੋਂ ਦਾਲਾਂ ਆਂਦੀਆਂ ਆਪਾਂ ਪਹਿਲਾਂ ਆਟਾ ਦਾਲ ਸਕੀਮ ਦਾਲਾਂ ਦਿੰਦੇ ਸੀਗੇ ਹੁਣ ਪਿਛਲੇ 5 ਸਾਲ ਪੰਜਾਬ ਦਾਲ ਨਹੀਂ ਦੇ ਪਾਇਆ ਜੇ ਆਪਾਂ ਇਹ ਪੰਜਾਬ ਦੀ ਵੱਡੀ ਮੁਸ਼ਕਲ ਦੇਖੀਏ ਦੇਸ਼ ਦੀ ਵੱਡੀ ਮੁਸ਼ਕਲ ਦੇਖੀਏ ਕੱਲਾ ਰੋਟੀ ਤੇ ਚੌਲ ਖ ਕਿਸੇ ਦਾ ਜਿਹੜਾ ਕਪੋਸ਼ਨ ਹੈ ਉਹ ਖਤਮ ਨਹੀਂ ਹੁੰਦਾ ਅੱਜ 5 ਸਾਲ ਤੋਂ ਛੋਟੇ 62% ਬੱਚਿਆਂ ਨੂੰ ਕਪੋਸ਼ਨ ਹੈ ਆ ਸਾਡਾ ਦੇਸ਼ ਕਪੋਸ਼ਨ ਵਿੱਚ 116 ਦੇਸ਼ਾਂ 101 ਨੰਬਰ ਤੇ ਹੈ ਇਹ ਬਹੁਤ ਵੱਡੀ ਮੁਸ਼ਕਲ ਹੈ ਆਪਾਂ ਕਿਹੜੀ ਸੁਪਰ ਪਾਵਰ ਬਣਨ ਦੀ ਗੱਲ ਕਰਦੇ ਆ ਜੇ ਆਪਣੇ 5 ਸਾਲ ਦੇ ਬੱਚੇ ਕਪੋਸ਼ਨ ਨਾਲ ਮਰ ਰਹੇ ਨੇ ਬਿਲਕੁਲ ਕਪੋਸ਼ਨ ਦੀ ਗੱਲ ਕਰ ਰਹੇ ਹੋ ਤੁਸੀਂ ਕਪੋਸ਼ਨ ਦਾ ਸ਼ਿਕਾਰ ਇਸ ਵਕਤ ਬਹੁਤ ਵੱਡੀ ਸਮੱਸਿਆ ਜਿਹੜੀ ਬਣੀ ਹੋਈ ਹੈ ਨਜਾਤ ਪਾਉਣ ਦੇ ਕੀ ਰਾਹ ਨੇ ਤੁਹਾਡੇ ਕੋਲ ਮੈਂ ਤੁਹਾਨੂੰ ਕਪੋਸ਼ਨ ਦਾ ਤੇ ਕਿਸਾਨੀ ਦਾ ਦਲ ਹੱਲ ਇਕੱਠੇ ਦੇ ਰਿਹਾ ਆਪਾਂ ਜੀਰੀ ਲਾਂਦੇ ਆ ਜੀਰੀ 'ਚ ਪਾਣੀ ਲੱਗਦਾ ਜੇ ਆਪਾਂ ਜੀਰੀ ਚ ਪਾਣੀ ਲੱਗਦੇ ਦੇਖੀਏ ਤੇ 5300 ਲੀਟਰ ਪਾਣੀ 1 ਕਿਲੋ ਜੀਰੀ ਲੰਚ ਲੱਗਦਾ ਤਿੰਨ ਐਸ ਫਾਈਲਾਂ ਆਪਾਂ ਬਾਹਰ ਕੱਢ ਚੁੱਕੇ ਆਂ ਜੀਰੀ ਦੇ ਨਾਲ ਪੰਜਾਬ ਚੋਂ ਉਹਦੀ ਜਗ੍ਹਾ ਆਪਾਂ ਦਾੜਾਂ ਲਾ ਲਈਆ ਠੀਕ ਹੈ ਜਦੋਂ ਆਪਾਂ ਦਾੜਾਂ ਲਾਵਾਂਗੇ ਤੇ ਪਹਿਲੀ ਗੱਲ ਹੁਣ ਦਾਲਾ ਪਰ ਬਾਹਰੋਂ ਮੰਗਾ ਰਹੇ ਆਂ ਮਾਰਕੀਟ ਪੰਸਬ ਨੂੰ ਬੋਲੀ ਆ 4-500 ਕਰੋੜੀ ਦਾਲ ਬਾਹਰੋਂ ਆਂਦੀ ਹੈ ਔਰ ਬੰਦ ਕਰਦੀ ਪੰਜਾਬ ਆਪਣੀਆਂ ਦਾਣਾ ਅਪਕਿਊਰ ਕਰੂਗਾ ਅਸੀਂ ਆਪ ਨੂੰ ਪ੍ਰੋਸੈਸ ਕਰਾਂਗੇ ਅਸੀਂ ਪੰਜਾਬ ਚੋਂ ਵੇਚਾਂਗੇ ਉਸ ਤੋਂ ਬਾਅਦ ਜਿਹੜਾ ਕੋਪੋਸ਼ਨ ਦਾ ਹੱਲ ਹੈ ਉਹਦਾ ਨਾਲ ਨਾਲ ਕੱਢੋ ਦੁਬਾਰਾ ਕਣਕ ਦੇ ਨਾਲ ਦਾਲ ਲਿ ਕਣਕ ਦੀ ਜੇ ਮੈਂ ਤਾਂ ਚਾਹਣਾ ਪੰਜ ਉਹ ਆਟਾ ਹੁੰਦਾ ਜਿਹਦੇ ਅੰਦਰ ਲਗ ਲਗ ਤਰ੍ਹਾਂ ਦੇ ਨਿਊਟ੍ਰੀਸ਼ਨ ਪਾਈ ਜਾਂਦੇ ਨੇ ਠੀਕ ਹੈ ਉਹ ਵਾਲਾ ਆਟਾ ਕਣਕ ਦਾ ਆਟਾ ਬਣਾ ਕੇ ਕਿਉਂਕਿ ਵੈਸੇ ਵੀ ਉਹਨੇ ਕਣਕ ਚੱਕ ਕੇ ਨਾਲ ਦੀ ਚੱਕੀ ਦੇਣੀ ਹੁੰਦਾ ਤੇ ਸਰਕਾਰ ਆਟਾ ਹੀ ਦੇਵੇ ਨਾਲ ਦਾਲ ਦੇਵੇ ਤੇ ਜੇ ਹੋ ਸਕੇ ਤੇਲ ਦੀ ਬੋਤਲ ਵੀ ਦੇ ਦੇ ਕਪੋਸ਼ਨ ਦਾ ਵੀ ਤੁਸੀਂ ਹੱਲ ਕਰ ਰਹੇ ਹੋ ਤੁਸੀਂ ਇੱਕ ਇਨਸਾਨ ਦੇ ਗਰੀਬ ਬੰਦੇ ਦੇ ਹਰ ਰੋਜ਼ ਦੇ ਖਾਣੇ ਅੰਦਰ ਦਾਲ ਲੈ ਕੇ ਆ ਰਹੇ ਹੋ ਪ੍ਰੋਟੀਨ ਲੈ ਕੇ ਆ ਰਹੇ ਹੋ ਨਾਲੇ ਤੁਸੀਂ ਕਿਸਾਨੀ ਦੀ ਵੀ ਹੱਲ ਕਰ ਰਹੇ ਹੋ ਤੁਸੀਂ ਡਿਵਰਸਿਫਿਕੇਸ਼ਨ ਕਰਨ ਦਾ ਇੱਕ ਮੌਕਾ ਦੇ ਰਹੇ ਹੋ ਦਾਲਾਂ ਤੇ ਵੀ ਐਮਐਸਪੀ ਅਨਾਉਂਸਡ ਹੈ ਤੁਸੀਂ ਉਸ ਦੀ ਪ੍ਰੋਕੂਰਮੈਂਟ ਸਰਕਾਰ ਤੋਂ ਹੀ ਕਰਾ ਲਓ ਪ੍ਰੋਸੈਸ ਕਰਾ ਲਓ ਤੇ ਪੰਜਾਬ ਵਿੱਚ ਪਹਿਲਾਂ ਵਰਤਣਾ ਸ਼ੁਰੂ ਕਰ ਦਿਓ ਫਿਰ ਉਹਨੂੰ ਐਕਸਪੋਰਟ ਕਰਨਾ ਸਟਾਰਟ ਕਰਦਾ ਜਿਹੜੀਆਂ ਚੀਜ਼ਾਂ ਆਪਾਂ ਬਾਹਰੋਂ ਮੰਗਾ ਰਹੇ ਹਾਂ ਮੈਂ ਤਾਂ ਕਹਿ ਰਿਹਾ ਉਹਨੇ ਉਹਦੇ ਪੈਸੇ ਰੱਖ ਕੇ ਹੀ ਆਪਾਂ ਕੱਲਾ ਦਾਲਾਂ ਤੇ ਤੇਲ ਵੀ ਜਾਂਚ ਚੱਲੀਏ ਉਸ ਤੋਂ ਬਾਅਦ ਆਪਾਂ ਸਬਜ਼ੀਆਂ ਤੇ ਫਰੂਟਾਂ ਵੱਲ ਵੀ ਜਾ ਸਕਦੇ ਹਾਂ ਅੱਛਾ ਦਾਲਾਂ ਦੀ ਗੱਲ ਕਰ ਰਹੇ ਹਾਂ ਦਾਲਾਂ ਤੁਸੀਂ ਕਿਹਾ ਵੀ ਉਗਾਉਣੀ ਚਾਹੀਦੀ ਹੈ ਦਾਲ ਲਾਉਣੀ ਚਾਹੀਦੀ ਹੈ ਤਾਂ ਐ ਐਮਐਸਪੀ ਦਾਲ ਤੇ ਨਹੀਂ ਮਿਲਦੀ ਜਿਸ ਤਰ੍ਹਾਂ ਨਾਲ ਕਿਸਾਨ ਕਹਿੰਦੇ ਨੇ ਪਰ ਤੁਸੀਂ ਇੱਕ ਪਾਸੇ ਨਾਲ ਹੀ ਉਹ ਚੀਜ਼ ਕਹੀ ਹੈ ਕਿ ਦਾਲ ਆਪ ਲਵਾ ਕੇ ਆਪ ਹੀ ਵਿੱਚ ਉਸ ਚੀਜ਼ ਨੂੰ ਕੀ ਚੀਜ਼ਾਂ ਸੰਭਵ ਨੇ ਪੰਜਾਬ ਸਰਕਾਰ ਐਮਐਸਪੀ ਤੇ ਹੀ ਫਸਲਾਂ ਚ ਹੈਗੀ ਦਾਲ ਸਰਕਾਰੀ ਏਜੰਸੀਆਂ ਕੋ ਉਹਨੂੰ ਖਰੀਦੀਆਂ ਨਹੀਂ ਇਸ ਲਈ ਦਾਲਾਂ ਤੇ ਐਮਐਸਪੀ ਮਿਲਦੀ ਨਹੀਂ ਪੰਜਾਬ ਸਰਕਾਰ 4-500 ਕਰੋੜ ਦੀ ਦਾਲ ਬਾਹਰੋਂ ਮੰਗਾਂਦੀ ਹੈ ਮੈਂ ਕਹਿੰਨੇ ਆ ਮਾਰਕਫਿਟ ਤੇ ਪੰਸਪ ਨੂੰ ਕਹੋ ਕਿ ਉਹੀ 4-500 ਕਰੋੜ ਰੁਪਏ ਰੱਖ ਲਓ ਅਸੀਂ ਪੰਜਾਬ ਵਿੱਚ ਖਰੀਦਾਂਗੇ ਬਾਹਰੋਂ ਮੰਗਾਂਦੀ ਜਗਾ ਕਿਸਾਨ ਨੂੰ ਐਮਐਸਪੀ ਮਿਲਣ ਲੱਗੀ ਦਾਲਾਂ ਦੀ ਪ੍ਰੋਕੂਰਮੈਂਟ ਹੋ ਗਈ ਕਿਸਾਨ ਜੀ ਇਹ ਤੋ ਹੀ ਬਚਨ ਲੱਗ ਗਿਆ ਜਿਹਦੇ ਕੋਲ ਮੋਟਰ ਨਹੀਂ ਹੈ ਤੁਸੀਂ ਛੋਟੇ ਕਿਸਾਨ ਦੀ ਮੁਸ਼ਕਲ ਦੇਖੋ ਨਾ ਛੋਟੇ ਕਿਸਾਨ ਕੋਲ ਜਿਹਦੇ ਕੋਲ ਆਪਦੀ ਮੋਟਰ ਨਹੀਂ ਹੈ ਉਹ ਤਾਂ ਵੱਡੇ ਕਿਸਾਨ ਤੋਂ ਪਾਣੀ ਵੀ ਲੈਂਦਾ ਫਿਰ ਜਾ ਕੇ ਉਹਦੇ ਤੇ ਹੜੀ ਵੀ ਕਰਦਾ ਪਾਣੀ ਆਪਾਂ ਪਾਣੀ ਦੀ ਮੁਸ਼ਕਲ ਨੂੰ ਸਮਝੀਏ ਜਿਹਦੇ ਜਿਹੜੀ ਪਾਣੀ ਹੈ ਉਹ ਹਰ 2-3 ਸਾਲ ਬਾਅਦ نیچے ਚਾਈ ਜਾਂਦਾ ਕਿਹਦੇ ਕੋਲ ਪੈਸੇ ਨੇ 3-4 ਲੱਖਾ ਮੋਟਰ ਵੜੀ ਲਾਂਦੇ ਤੁਸੀਂ ਜੇ ਪਾਣੀ ਨੂੰ ਦੇਖੋ ਪਾਣੀ ਦੀ ਬਹੁਤ ਵੱਡੀ ਮੁਸ਼ਕਲ ਹੈ ਪੰਜਾਬ ਦੇ ਅੰਦਰ ਆਪਾਂ ਬੜੀ ਆਸਾਨੀ ਨਾਲ ਗੱਲ ਕਰਦੇ ਨੇ ਨਹਿਰਾਂ ਦੀ ਹੋਰ ਚੀਜ਼ਾਂ ਦੀ ਪਰ ਇਹ ਮੁਸ਼ਕਲ ਨੂੰ ਹੁਣ ਬਾਹਰ ਨਿਕਲ ਕੇ ਨਾ ਵੀ ਇਹਦੇ ਉੱਪਰ ਇਸ਼ਾਰਾ ਉਹਦਾ ਇਸ਼ਾਰਾ ਇਹਦੇ ਹੱਲਾਵਲ ਵਧਨ ਦੀ ਲੋੜ ਹੈ ਤੇ ਇਹਦੇ ਹੱਲ ਮੈਂ ਦੱਸ ਰਿਹਾ ਪਾਣੀ ਦਾ ਵੀ ਹੱਲ ਹੈ ਕਪੋਸ਼ਣ ਦਾ ਵੀ ਹੱਲ ਹੈ ਕਿਸਾਨਾਂ ਦਾ ਵੀ ਹੱਲ ਹੈ ਐਮਐਸਪੀ ਪਹਿਲਾਂ ਹੀ ਅਨਾਉਂਸਡ ਹੈ ਉਹੀ ਮਾਰਕਟ ਪੰਸ ਜਿਹੜੇ ਬਾਹਰੋਂ ਮਗਾਂਦੇ ਨੂੰ ਪੰਜਾਬ ਚੀੜਨ ਲੱਗ ਜਾਣ ਅੱਛਾ ਇੱਕ ਤੁਸੀਂ ਗੱਲ ਕਹੀ ਸੀ ਕਿ ਸਭ ਤੋਂ ਵੱਧ ਪੰਜਾਬ ਉਪਜ ਪੈਦਾ ਕਰਦਾ ਤੇ ਸਭ ਤੋਂ ਵੱਧ ਕਿਸਾਨ ਵੀ ਜਿਹੜਾ ਪੰਜਾਬ ਦਾ ਮਰ ਰਿਹਾ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਹੁਣ ਆਪਾਂ ਇੱਕ ਹੋਰ ਚੀਜ਼ ਦੇਖਦੇ ਹਾਂ ਜਿਵੇਂ ਮੈਂ ਤੁਹਾਨੂੰ ਇੱਕ ਚੀਜ਼ ਅਸੀ ਨਾ ਕਿ ਕਿਸਾਨੀ ਇਸ ਤਰ੍ਹਾਂ ਨਾਲ ਕਾਂਗਰਸ ਸਰਕਾਰ ਨੇ ਇਹ ਚੀਜ਼ਾਂ ਪੰਜਾਬ ਨੂੰ ਦਿੱਤੀਆਂ ਹਰੀ ਕ੍ਰਾਂਤੀ ਦਿੱਤੀ ਐਮ ਐਸ ਵੀ ਦਿੱਤੀ ਇਹ ਸਭ ਦਿੱਤਾ ਉਹਦੇ ਨਾਲ ਇੱਕ ਹੋਰ ਬਹੁਤ ਵੱਡੀ ਚੀਜ਼ ਹੋਈ ਦੇਸ਼ ਦੇ ਅੰਦਰ 1991 ਚ ਦੇਸ਼ 'ਨ ਲਿਬਰਲਾਈਜੇਸ਼ਨ ਆਈ ਇੰਡਸਟਰੀ ਨੂੰ ਗਰੋ ਕਰਨ ਦਾ ਮੌਕਾ ਮਿਲਿਆ ਦੇਸ਼ ਦੇ ਅੰਦਰ ਰੋਜ਼ਗਾਰ ਆਣ ਲੱਗਿਆ ਜਿਹੜਾ ਪੰਜਾਬ ਸੀ ਨਾ ਪਿਛਲੇ 25 ਸਾਲ ਦਾ ਸਿਸਟਮ ਹੈ ਜਰਿਆ ਪੰਜਾਬ ਦਾ ਕਿ ਉਹ ਉਸ ਪੂਰੀ ਗ੍ਰੋਥ ਤੋਂ ਬਾਹਰ ਨਿਕਲ ਗਿਆ ਤੁਸ ਤੁਹਾਨੂੰ ਮਿਸ ਮਹਿਸੂਸ ਨਹੀਂ ਹੋਏਗਾ ਪੰਜਾਬ 'ਚ ਰਹਿ ਕੇ ਕਿ ਉਹ ਜਿਹੜਾ ਦੇਸ਼ ਦੇ ਅੰਦਰ ਬਦਲਾਅ ਆਇਆ ਉਹਦਾ ਪੰਜਾਬ ਨੂੰ ਕੋਈ ਫਾਇਦਾ ਮਿਲਿਆ ਅਤੇ ਉਹ ਬਹੁਤ ਵੱਡੀ ਮੁਸ਼ਕਲ ਰਹੀ ਹੈ ਪੰਜਾਬ ਦੀ ਮੈਂ ਆਪਾਂ ਹੋਰ ਇੰਡਸਟਰੀ ਨੂੰ ਛੱਡ ਦਿੰਨੇ ਆ ਆਪਾਂ ਬਾਹਰੋਂ ਇੰਡਸਟਰੀ ਲੈਣੀ ਵੀ ਛੱਡ ਦਿੰਨੇ ਆ ਦੋ ਗੱਲਾਂ ਭੁੱਲ ਜੋ ਜਿਹੜੀ ਪੰਜਾਬ ਦੇ ਅੰਦਰ ਇੰਡਸਟਰੀ ਆ ਉਹ ਇੰਡਸਟਰੀ ਪੰਜਾਬ 'ਚ ਰਹੇ ਕਿਵੇਂ ਇਹ ਸਾਡਾ ਵਾਸਤੇ ਵੱਡਾ ਸਵਾਲ ਹੈ ਦੂਸਰਾ ਵੱਡਾ ਸਵਾਲ ਹੈ ਕਿ ਅਸੀਂ ਇੰਨੀ ਖੇਤੀ ਪਰਦਾਸ਼ਤ ਬਣਾਣੇ ਆ ਐਨਾ ਗ੍ਰੇਨ ਬਣਾਣੇ ਆ ਕਣਕ ਬਣਾਣੇ ਆ ਜਿਹੜੀ ਜਿਹੜੀ ਲਾਣੇ ਆ ਆਪਾਂ ਦਾਣੇ ਕਾਵਾਂਗੇ ਆਲਸੋ ਧਾਵਾਂਗੇ ਫਰੂਟ ਸਬਜ਼ੀਆਂ ਸਭ ਕੁਝ ਲਾ ਸਕਦੇ ਆ ਆਪਾਂ ਔਰ ਚੜੂਕ ਸਕਦੇ ਨੂਰੀ ਚੰਡੀਗੜ੍ਹ ਸਭ ਕੁਝ ਹੋ ਸਕਦਾ ਤੁਸੀਂ ਅਮਰਗੜ ਚਲੇ ਜਾਓ ਉੱਥੇ ਦਾ ਸਬਜ਼ੀਆਂ ਇੰਨੇ ਲੋਕ ਲਾਂਦੇ ਨੇ ਪਰ ਉਸ ਤੋਂ ਅਗਲੀ ਇੰਡਸਟਰੀ ਕਿਉਂ ਨਹੀਂ ਹੈ ਫੂਡ ਪ੍ਰੋਸੈਸਿੰਗ ਕਿਉਂ ਨਹੀਂ ਹੈ ਐਗਰੋ ਪ੍ਰੋਸੈਸਿੰਗ ਕਿਉਂ ਨਹੀਂ ਹੈ ਗੱਲ ਉਹੀ ਆ ਜਾਂਦੀ ਹੈ ਫੂਡ ਪ੍ਰੋਸੈਸਿੰਗ ਦੇ ਵਾਅਦੇ ਬਹੁਤ ਕੀਤੇ ਗਏ ਸੀ ਪਰ ਜੇਕਰ ਗੱਲ ਕੀਤੀ ਆਪਦਾ ਯੂਨਿਟ ਆ ਵੀ ਬਹੁਤ ਘਟਾ ਜਿਹੜੀ ਆਮ ਦਾ ਪੂਰੇ 올ਓਵਰ ਪੰਜਾਬ ਦੇ ਵਿੱਚ ਹੈ ਇਹ じゃ ਕਿਉਂ ਕਿਉਂਕਿ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਣਕ ਵੀ ਅਤੇ ਝੋਨਾ ਸਭ ਤੋਂ ਵੱਧ ਉਗਦਾ ਤੇ ਨਾਲ ਜਿਸ ਤਰ੍ਹਾਂ ਤੁਸੀਂ ਕਿਹਾ ਸਬਜ਼ੀਆਂ ਵੀ ਹੁੰਦੀਆਂ ਨੇ ਪਰ ਉਸ ਦੇ ਬਾਵਜੂਦ ਵੀ ਜਿਹੜੀ ਫੂਡ ਪ੍ਰੋਸੈਸਿੰਗ ਯੂਨਟਾਂ ਕਿਉਂ ਘਟ ਨੇ ਮੈਂ ਤੁਹਾਨੂੰ ਇਸ ਮੁਸ਼ਕਲ ਦਾ ਵੀ ਹੱਲ ਇੱਕ ਹੋਰ ਤਰ੍ਹਾਂ ਨਾਲ ਸੋਚਣ ਨੂੰ ਦੇਣਾ ਚਾਹਨਾ ਇੱਕ ਤਾਂ ਸਰਕਾਰੀ ਅ ਜਿਨਾਂ ਤੋਂ ਆਪਾ ਫੂਡ ਪ੍ਰੋਸੈਸਿੰਗ ਐਗਰੋ ਪ੍ਰੋਸੈਸਿੰਗ ਕਰਾ ਸਕਦੇ ਆ ਇੱਕ ਪ੍ਰਾਈਵੇਟ ਪੂੰਜੀਪਤੀ ਨੇ ਜਿਹੜੇ ਫੂਡ ਪ੍ਰੋਸੈਸਿੰਗ ਕਰਾ ਸਕਦੇ ਆ ਹਾਂ ਰੋਜ਼ਗਾਰ ਵੀ ਬਦਾਨਗੇ ਕਿਸਾਨਾਂ ਤੋਂ ਲੈਣਗੇ ਦੇਣਗੇ ਵੀ ਪਰ ਬਹੁਤ ਸਾਰੀਆਂ ਵੱਡੀਆਂ ਇੰਡਸਟਰੀਆਂ ਬਾਹਰੋਂ ਇਸ ਨਾਲ ਕਿਸਾਨ ਨੂੰ ਡਰ ਵੀ ਹੈ ਤੇ ਮੈਂ ਤੁਹਾਨੂੰ ਇਸ ਦਾ ਇੱਕ ਤੀਸਰਾ ਰਾਹ ਦਿੰਦਾ ਜਿਹਦਾ ਕਿਸਾਨ ਦਾ ਸਰਕਾਰ ਤੋਂ ਅਦਾਰੇ ਤੋਂ ਕਰਾਂ ਤੋਂ ਜ਼ਿਆਦਾ ਫਾਇਦਾ ਪੰਜਾਬ ਦੇ ਅੰਦਰ ਇੱਕ ਵੱਡੀ ਮੁਸ਼ਕਲ ਇਹ ਹੈ ਕਿ ਸਾਡਾ ਇਹ ਕੋਆਪਰੇਟਿਵ ਕਾਨੂੰਨ ਹੈ ਨਾ ਉਹਦੇ ਅਧੀਨ ਨਾ ਤਾਂ ਅਸੀਂ ਕਿਸਾਨ ਆਜ਼ਾਦ ਹੈ ਕੋਆਪਰੇਟਿਵ ਰਿਸ਼ਤਾ ਕਰਾਂ ਚ ਉਹਨੂੰ ਬੰਦ ਕਰਾਂ ਚ ਵੀ ਆਜ਼ਾਦ ਨਹੀਂ ਉਹਨੂੰ ਚਲਾਉਂਦੇ ਵੀ ਅਫਸਰ ਰਹਿੰਦੇ ਨੇ ਅਥਲੈਟਿਕ ਵੱਡੇ ਕੋਆਪਰੇਟਿਵ ਉਦਾਇਰੇ ਨੇ ਮਾਰਕਫੈਡ ਪੰਸਾਫ ਮਿਲਕਫੈਡ ਠੀਕ ਹੈ ਇਹ ਸਾਰੇ ਆਪਾਂ ਦੇਖਦੇ ਹ ਅਫਸਰਾਦੀਨ ਹੋ ਗਏ ਨੇ ਪੰਜਾਬ ਦਾ ਕੋਆਪਰੇਟਿਵ ਕਾਨੂੰਨ ਬਦਲੀਆ 1994-95 ਵਿੱਚ ਪਲੈਨਿੰਗ ਕਮਿਸ਼ਨ ਆਫ ਇੰਡੀਆ ਨੇ ਇੱਕ ਮਾਡਲ ਕੋਆਪਰੇਟਿਵ ਕਾਨੂੰਨ ਆਇਆ ਸੀ ਵੱਡਾ ਕੰਮ ਉੱਥੇ ਵੀ ਨਹੀਂ ਕਰਨਾ ਤੁਸੀਂ ਉਹ ਕਾਨੂੰਨ ਇੰਟਰਨੈਟ ਤੋਂ ਕੱਢਣਾ ਉਹਨੂੰ ਬਦਲਣਾ ਥੋੜਾ ਜਿਹਾ ਪੰਜਾਬ ਦੇ ਹਿਸਾਬ ਨਾਲ ਤੇ ਉਹਨੂੰ ਲਾਗੂ ਕਰੋ ਉਹਨੂੰ ਦੇਖੋ ਉਹ ਲੋਕਾਂ ਨੂੰ ਅਧਿਕਾਰ ਦਿੰਦਾ ਹੈ ਆਪਦੇ ਕੋਆਪਰੇਟਿਵ ਆਪ ਚਲਾਣ ਦਾ ਮੈਂ ਕੀ ਜਾਨਾ ਹੁਣ ਕਿਸਾਨ ਯੂਨੀਅਨ ਨੇ ਕਿੰਨੇ ਸਾਰੇ ਕਿਸਾਨ ਇਕੱਠੇ ਕਰਤੇ ਪਿੰਡ ਪਿੰਡ ਲੈਵਲ ਤੇ ਇਕੱਠੇ ਕਰਤੇ ਸਭ ਤੋਂ ਵੱਡੀ ਤਾਕਤ ਕੀ ਹੈ ਕਿ ਪਿੰਡਾਂ ਤੇ ਪੰਚਾਇਤਾਂ ਨੂੰ ਛੱਡ ਕੇ ਲੋਕਾਂ ਦੇ ਇਕੱਠੇ ਹੋਣ ਦਾ ਕੋਈ ਇਦਾਇਰਾ ਨਹੀਂ ਹੁੰਦਾ ਸੀ ਕਿਸਾਨ ਯੂਨੀਅਨਾਂ ਨੇ ਨਾ ਇੱਕ ਤਰ੍ਹਾਂ ਨਾਲ ਕਿਸਾਨ ਇਕੱਠੇ ਕਰਤੇ ਪਿੰਡਾਂ ਦੇ ਲੈਵਲਾਂ 'ਚ ਬਲਾਕਾਂ ਦੇ ਲੈਵਲਾਂ 'ਚ ਪੰਚਾਇਤਾਂ ਨੂੰ ਛੱਡ ਕੇ ਸਰਕਾਰੀ ਸਿਸਟਮ ਨੂੰ ਛੱਡ ਕੇ ਉਸ ਦਾ ਆਪਾ ਫਾਇਦਾ ਚੱਕੀ ਕਿਸਾਨਾਂ ਨੂੰ ਇਕੱਠੇ ਹੋ ਕੇ ਬੋਲੀਏ ਤੁਸੀਂ ਕੋਆਪਰੇਟਿਵ ਬਣਾਓ ਆਪਦੇ ਅਧੀਨ ਸਰਕਾਰ ਸਬਸਿਡਾਈਜ਼ ਕਰੇ ਤੇ ਉਹ ਅੱਗੇ ਪ੍ਰੋਸੈਸਿੰਗ ਕਰਾਂ ਆਰਗੇਨਿਕ ਸਬਜ਼ੀਆਂ ਲਾਣ ਉਹਨਾਂ ਨੂੰ ਵੇਚਣਾ ਕਿਸਾਨਾਂ ਦੇ ਥਰੂ ਹੋਵੇ ਪ੍ਰਾਈਵੇਟ ਬੰਦਿਆਂ ਥਰੂ ਕਿਉਂ ਹੋਵੇ ਅਸਲ ਤਾਕਤ ਕੀ ਹੈ ਤਾਕਤ ਇਹ ਹੈ ਕਿ ਤੁਸੀਂ ਉਗਾ ਕੇ ਜਿਹੜੀ ਉਹਦੀ ਪ੍ਰੋਸੈਸਿੰਗ ਹੈ ਤੇ ਉਹਦੀ ਬੇਚ ਹੈ ਜੋ ਜੋ ਸ਼ਹਿਰਾਂ ਜਾ ਕੇ ਉਹਨੂੰ ਵਿਕਣਾ ਹੈ ਜਿਹੜੇ ਲੋਕਾਂ ਨੇ ਖਾਣਾ ਹੈ ਉਥੋਂ ਤੱਕ ਜੇ ਆਪਾਂ ਇੱਕ ਕਿਸਾਨਾਂ ਦੇ ਅਧੀਨ ਲੈ ਕੇ ਆ ਸਕਦੇ ਹਾਂ ਪੂਰਾ ਸਿਸਟਮ ਤੇ ਆਮਦਨੀ ਆਮਦਨ ਹੈ ਸਿਸਟਮ 'ਚ ਤੁਸੀਂ ਕਿਹੜੀ ਵੀ ਚੀਜ਼ ਦੀ ਪ੍ਰੋਸੈਸਿੰਗ ਕਰਨੀ ਹੈ ਫੂਡ ਪ੍ਰੋਸੈਸਿੰਗ ਕਰਨੀ ਹੈ ਉਹ ਕੋਆਪਰੇਟਿਵ ਕਰਨ ਪਹਿਲਾਂ ਕਿਸਾਨ ਲਗਾਣ ਆਪਦੇ ਹੀ ਬਣਾਏ ਹੋਏ ਕੋਆਪਰੇਟਾ ਨੂੰ ਕਿਸਾਨ ਇਕੱਠੇ ਹੋ ਕੇ ਉਹਨਾਂ ਨੂੰ ਵੇਚਣ ਉਹਦੀ ਪ੍ਰੋਸੈਸਿੰਗ ਕਰਨ ਤੇ ਪ੍ਰੋ ਕਣ ਕਿੰਨੇ ਦੀ ਹੈ ਆਟਾ ਉਸ ਤੋਂ ਦੁੱਗਣਾ ਹੂੰ ਠੀਕ ਹੈ ਤੁਸੀਂ ਕਿਸੇ ਵੀ ਚੀਜ਼ ਦੀ ਪ੍ਰੋਸੈਸਿੰਗ ਤੇ ਲਿਆਓ ਤੁਸੀਂ ਚੌਲ ਹੈ ਚੌਲ ਦੇ ਅੰਦਰ ਉਹ ਰਾਈਸ ਦਾ ਬ੍ਰੈਨ ਹੁੰਦਾ ਰਾਈਸ ਬ੍ਰੈਨ ਆਇਲ ਬਣਦਾ ਉਹ 10 15 ਗੁਣਾ ਹੂੰ ਠੀਕ ਹੈ ਤੁਸੀਂ ਕਿਸੇ ਵੀ ਚੀਜ਼ ਦੀ ਪ੍ਰੋਸੈਸਿੰਗ ਲਾਓਂਗੇ ਤਾਂ ਰੇਟ ਵਧਦਾ ਰਹੇਗਾ ਤੇ ਉਹ ਵੀ ਤੁਸੀਂ ਸਰਕਾਰ ਕਰਾਏ ਸਰਕਾਰ ਆਪਣੇ ਧਾਇਰਿਆਂ ਤੋਂ ਕਰਾਏ ਪ੍ਰਾਈਵੇਟ ਕੰਪਨੀਆਂ ਵੀ ਆਣ ਪਰ ਮੈਂ ਚਾਹਨਾ ਕਿ ਵੱਧ ਤੋਂ ਵੱਧ ਕਿਸਾਨ ਕੋਆਪਰੇਟਿਵ ਬਣਾ ਕੇ ਕਰਨ ਤੇ ਅਸੀਂ ਉਸ ਰਾਹ ਤੇ ਚੱਲੀ ਹਾਂ ਕਿਉਂਕਿ ਕੋਆਪਰੇਟਿਵ ਦੇ ਰਾਹ ਤੇ ਕਿਸਾਨਾਂ ਨੂੰ ਆਮਦਨ ਦੇ ਹੋਰ ਸਾਧਨ ਮਿਲ ਸਕਦੇ ਨੇ ਤੇ ਸਾਡੇ ਪਿੰਡਾਂ ਚ ਰਹਿਰੀ ਜਿਹੜੀ ਜਵਾਨੀ ਹੈ ਉਹਨੂੰ ਰੋਜ਼ਗਾਰ ਦੇ ਹੋਰ ਸਾਧਨ ਮਿਲ ਸਕਦੇ ਨੇ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਉਹਨੂੰ ਕਿਸਾਨੀ ਆਉਂਦੀ ਹੈ ਉਹ ਕਿਸਾਨੀ ਦੇ ਨਾਲ ਚੀਜ਼ਾਂ ਕਰਨਾ ਚਾਹੁੰਦਾ ਅਸੀਂ ਜੋ ਕੋਆਪਰੇਟਿਵ ਬਣਾ ਬਣਾ ਕੇ ਦੇਵਾਂਗੇ ਉਹ ਚੀਜ਼ਾਂ ਕਰ ਪਾਣਗੇ ਪਰ ਕੋਆਪਰੇਟਿਵ ਤੋਂ ਪਹਿਲਾਂ ਕਿਸਾਨ ਡਰ ਹੀ ਜਾਂਦਾ ਜਦ ਤੇ ਤਿੰਨ ਮਾਰੂ ਕਿਸਾਨ ਬਿਲਾਏ ਸੀ ਤਾਂ ਉਹ ਤੋਂ ਕੋਆਪਰੇਟ ਦਾ ਇੱਕ ਜਿਹੜਾ ਘਰਾਣਾ ਜਿਹੜਾ ਘਰ ਕਰ ਗਿਆ ਦਿਮਾਗ ਦੇ ਵਿੱਚ ਕਿਸਾਨਾਂ ਦੇ ਉਹ ਕਿਵੇਂ ਨਿਕਲੇਗਾ ਨਹੀਂ 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 ਉਹ ਕੋਆਪਰੇਟ ਨੇ ਉਹ ਹੈਗਾ ਕਿਸਾਨ ਡਰ ਰਿਹਾ ਰਿਲਾਇੰਸ ਤੋਂ ਕਿਸਾਨ ਡਰ ਰਿਹਾ ਟਾਟਾ ਤੋਂ ਆਪਾਂ ਗੱਲ ਕਰਾਂ ਕੋਆਪਰੇਟਿਵ ਦੀ ਕੋਆਪਰੇਟਿਵ ਕੀ ਹੁੰਦੇ ਨੇ ਕੋਆਪਰੇਟਿਵ ਵਿੱਚ ਜਿਵੇਂ ਮੈਂ 1 ਲੀਟਰ ਦੁੱਧ ਤੇ ਮੇਰੇ ਵੀ ਹੱਕ ਹੈ ਜਿਹੜਾ ਸੌਲਟਰ ਦੁੱਧ ਪੰਦਾ ਉਹਦੇ ਵੀ ਹੱਕ ਹੈ ਮਿਲਕ ਫੈਟ ਕੋਆਪਰੇਟਿਵ ਹੈ ਜਿਹੜਾ ਵੇਰਕਾ ਬਣਾਉਂਦਾ ਠੀਕ ਹੈ ਮਾਰਕ ਫੈਟ ਕੋਆਪਰੇਟਿਵ ਆ ਮੈਂ ਕੀ ਚਾਹਨਾ ਕਿ ਸਰਕਾਰੀ ਅਧਾਇਰੇ ਤਾਂ ਪ੍ਰੋਸੈਸਿੰਗ ਕਰਨ ਹੀ ਖਰੀਦਣ ਵੀ ਕਿਸਾਨਾਂ ਦੇ ਹੱਕ ਦੇ ਜਿਹੜੇ ਕੋਆਪਰੇਟਿਵਸ ਨੇ ਜਿਹੜੇ ਤਾਂ ਹੀ ਮੈਂ ਕਹ ਰਿਹਾ ਕੋਆਪਰੇਟਸ ਨੂੰ ਛੱਡ ਦਿਓ ਇੱਕ ਪੂੰਜੀਪਤੀ ਦੇ ਹੱਥ ਵਾਲੇ ਕੰਪਨੀਆਂ ਨੂੰ ਛੱਡ ਦਿਓ ਤੁਸੀਂ ਉਹ ਵਾਲੀ ਕੋਆਪਰੇਟਿਵਸ ਬਣਾਓ ਜਿਹੜੇ ਕਿਸਾਨਾਂ ਦੇ ਹੱਥਾਂ ਤੱਕ ਦੇਣ ਉਗਾਣ ਦੀ ਵੀ ਉਹਨੂੰ ਪ੍ਰੋਸੈਸ ਕਰਨ ਦੀ ਵੀ ਵੇਚਣ ਦੀ ਵੀ ਉਹ ਜੋ ਕਿਸਾਨਾਂ ਦੇ ਹੱਥ ਆ ਹੁਣ ਤੇਲ ਬੀਜਾਂ ਤੋਂ ਤੇਲ ਕੱਢਣਾ ਬਹੁ ਜੇ ਪੰਜਾਬ ਦੇ ਕਿਸਾਨ ਇਕੱਠੇ ਹੋ ਜਾਣ ਕਾਫੀ ਪਿੰਡਾਂ ਦੇ ਉਹ ਕਰਕੇ ਆਪ ਕਰ ਸਕਦੇ ਨੇ ਤੁਸੀਂ ਉਹਨਾਂ ਦੀ ਆਮਦਨ ਦੇ ਹੋ ਕਿ ਨਹੀਂ ਵਧੂਗੀ ਸਰਕਾਰੋਂ ਤੇ ਐਮਐਸਬੀ ਵੀ ਅਨਾਉਂਸ ਕਰਦੇ ਜਿਹੜਾ ਉਹ ਨਹੀਂ ਬਣਾ ਚਾਹੁੰਦਾ ਵੇਚਣਾ ਦਾ ਵਿੱਚ ਵੀ ਲੱਗ ਜਾਏ ਇਹਦੇ ਨਾਲ ਆਪਾਂ ਜਿਹੜੇ ਵੱਡੇ ਅਦਾਇਰੇ ਨੇ ਜਿਨ੍ਹਾਂ ਤੁਸੀਂ ਕਹਿ ਰਹੇ ਹੋ ਨਾ ਕਿਸਾਨ ਡਰ ਗਏ ਨੇ ਉਹਨਾਂ ਤੋਂ ਹੀ ਬਚਾ ਸਕਦੇ ਆ ਕਿਉਂਕਿ ਅੱਜ ਨਹੀਂ ਤੇ ਕੱਲ ਉਹ ਇਹ ਚੀਜ਼ਾਂ ਕਰਨ ਪੰਜਾਬ ਚ ਆਣਾ ਜਾਂਦੇ ਨੇ ਤਾਂ ਹੀ ਉਹ ਤਿੰਨ ਖੇਤੀ ਕਰਨੋਂ ਆਏ ਸੀਗੇ ਹੁਣ ਉਹ ਜਿਹੜੀਆਂ ਚੀਜ਼ਾਂ ਕਰਨਾ ਚਾਹੁੰਦੇ ਨੇ ਕਿਉਂ ਨਾ ਕਿਸਾਨ ਉਹ ਆਪ ਕਰ ਲੈਣ ਤੇ ਉਹਦੇ ਪੈਸੇ ਆਪ ਕਮਾਣ ਉਹ ਪੂੰਜੀ ਬਤਿਆਂ ਦੇਣ ਦੀ ਜਗਾ ਉਹ ਸਾਡੀ ਵਾਸਤੇ ਇੱਕ ਬਹੁਤ ਵੱਡੀ ਚੀਜ਼ ਹੋਏਗੀ ਖੇਤੀਬਾੜੀ ਦਾ ਸਭ ਤੋਂ ਵੱਡਾ ਮੁੱਦਾ ਬਣ ਕੇ ਰਹਿੰਦਾ ਸਿੰਚਾਈ ਸਿੰਚਾਈ ਜੇਕਰ ਪ੍ਰੋਪਰਲੀ ਨਾ ਹੋਵੇ ਤਾਂ ਉਹ ਬਹੁਤ ਜੜੀ ਫਸਲ ਜਿਹੜੀ ਉਹ ਖਰਾਬ ਹੁੰਦੀ ਹੈ ਇਸ ਚੀਜ਼ ਨੂੰ ਨਿਯਤ ਪਾਉਣ ਲਈ ਕੋਈ ਹੈ ਦੇਖੋ ਸਰਕਾਰ ਨੇ ਕਰਨਾ ਲੋਕਾਂ ਨੂੰ ਵੀ ਨਾਲ ਜੁੜਨਾ ਪਏਗਾ ਲੋਕਾਂ ਦਾ ਕਿੰਨਾ ਇੰਟਰਸਟ ਹੈ ਲੋਕਲ ਦਾਇਰੇ ਤੇ ਜੇ ਲੋਕ ਇਹ ਚੀਜ਼ਾਂ ਲਈ ਲੜਾਈ ਲੜਨਗੇ ਤੇ ਬਿਲਕੁਲ ਹੋ ਪਾਏਗਾ ਮੈਂ ਤਾਂ ਇਵਨ ਇਹ ਵੀ ਕਹਿਣਾ ਕਿ ਜਿਹੜਾ ਨਹਿਰੀ ਪਾਣੀ ਹੈ ਨਾ ਉਹ ਆਪਣੇ ਐਂਡ ਤੱਕ ਨਹੀਂ ਪਹੁੰਚ ਪਾਉਂਦਾ ਉਹਦੇ ਅੰਦਰ ਅੰਡਰਗਰਾਉਂਡ ਕਨਾਲ ਬਣ ਸਕਦੇ ਨੇ ਪਿੰਡ-ਪਿੰਡ 'ਚ ਜਿੱਥੇ ਨਾਲੇ ਨਿਕਲਦੇ ਨੇ ਉਹਦੇ ਨਾਲ ਨਾਲ ਬਣ ਸਕਦੇ ਨੇ ਪਰ ਬਹੁਤ ਸਾਰੇ ਕਿਸਾਨ ਬਹੁਤ ਸਾਰੀਆਂ ਪੰਚਾਇਤਾਂ ਵੀ ਅੱਜਕੱਲ੍ਹ ਇੰਟਰਸਟ ਲੈਂਦੀਆਂ ਪੋਲੀਟਿਸ਼ੀਨ ਨਹੀਂ ਲੈਂਦੇ ਉਹ ਵੀ ਨਹੀਂ ਲੈਂਦੇ ਕਿਉਂਕਿ ਉਹਨੂੰ ਪਤਾ ਹੈ ਕਿ ਫ੍ਰੀ ਦੀ ਬਿਜਲੀ ਪਾਣੀ ਵਿੱਚ ਚਾ ਆ ਰਿਹਾ ਪਰ ਇਹ ਜਿਹੜੇ ਨਹਿਰਾਂ ਨੂੰ ਲੈ ਕੇ ਸਿੰਚਾਈ ਨੂੰ ਲੈ ਕੇ ਕਨਾਲਾਂ ਨੂੰ ਲੈ ਕੇ ਜਿਹੜੇ ਮਸਲੇ ਨੇ ਪੰਜਾਬ ਨੂੰ ਇਸ ਵਾਰ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜਿੰਨਾ ਵੀ ਆਪਾਂ ਜ਼ਮੀਨੀ ਪਾਣੀ ਦਾ ਗਰਾਉਂਡ ਵਾਟਰ ਦਾ ਆਲਟਰਨੇਟਿਵ ਲੱਭ ਸਕਦੇ ਆ ਕੋਈ ਹੋਰ ਤਰੀਕਾ ਲੱਭ ਸਕਦੇ ਆ ਪਾਣੀ ਲੈਣ ਦਾ ਉਹ ਉਨਾ ਹੀ ਚ ਉਕੇ ਕਿ ਜਿਹੜਾ ਖੇਤੀ ਹੈ ਕ੍ਰਾਈਸਿਸ ਆ ਉਹ ਬਾਹਰ ਨਿਕਲ ਸਕਦਾ ਹੈ ਦੇਖੋ ਮੈਂ ਤਾਂ ਗੱਲ ਸੋਚਦੀ ਮੰਨਦਾ ਮੇਰੂੰ ਮੇਰਾ ਆਪ ਪਤਾ ਹੈ ਮੇਰੀ ਆਬਦੀ ਲੜਾਈ ਹੈ ਕਿ ਮੈਂ ਇਹ ਜ਼ਿੰਦਗੀ ਪਰ ਲੜਾਈ ਲੜਨੀ ਹੈ ਮੈਂ ਪੰਜਾਬ ਦੇ ਹੱਕ ਦੀ ਲੜਾਈ ਲੜਨਾ ਆ ਤੇ ਹਜੇ ਤਾਂ ਸ਼ੁਰੂਆਤ ਹੋਈ ਹੈ ਪਰ ਜੇ ਤੁਸੀਂ ਇੱਕ ਸੋ ਤਰੀਕੇ ਨਾਲ ਸੋਚੋ ਤੇ ਬਹੁਤ ਚੀਜ਼ਾਂ ਦੇ ਬਹੁਤ ਹੱਲ ਨੇ ਆਪਾਂ ਕੱਢਣ ਵਾਲੇ ਬਣੀਏ ਆਪਾਂ ਦਿਮਾਗ ਉਸ ਪਾਲੇ ਚ ਚਲਾਈਏ ਮੈਂ ਤੁਹਾਨੂੰ ਬੜਾ ਇੱਕ ਸਿੰਪਲ ਐਗਜ਼ਾਮਪਲ ਦਿੰਦਾ ਇਹਨਾਂ ਬੜਾਈ ਕੰਟਰੋਵਰਸ਼ਲ ਟਾਪਿਕ ਬਣ ਜਾਂਦਾ ਹੈ ਤੇ ਇਸ ਕਰਕੇ ਮੈਂ ਤੁਹਾਨੂੰ ਇੱਕ ਨੂੰ ਨੂੰ ਸੋਚਣ ਦਾ ਬਿਲਕੁਲ ਇੱਕ ਡਿਫਰੈਂਟ ਅੰਦਾਜ਼ ਦਿੰਦਾ ਇਕਨਾ ਸਿਲਕ ਰੂਟ ਹੈਗਾ ਉਹ ਚਾਇਨਾ ਤੋਂ ਯੂਰਪ ਤੱਕ ਉਹਨਾਂ ਨੇ ਸੜਕ ਬਣਾਈ ਹੈ ਉਹਨਾਂ ਨੇ ਉੱਥੇ ਪਤਾ ਨਹੀਂ ਕਿੰਨੇ ਹੀ ਅਰਬਾਂ ਖਰਬਾਂ ਰੁਪਏ ਖਰਚੇ ਨੇ ਕਿ ਚਾਇਨਾ ਪੂਰੀ ਦੁਨੀਆ ਨੂੰ ਜੋੜ ਕੇ ਯੂਰਪ ਨਾਲ ਸਿੱਧਾ ਟ੍ਰੇਡ ਕਰੇਗਾ ਤੇ ਪਤਾ ਨਹੀਂ ਕਿੰਨਾ ਕਮਾਏਗਾ ਠੀਕ ਹੈ ਆਪ ਨੂੰ ਪਤਾ ਹੈ ਕਿ ਕੋਲਕਾਤਾ ਤੋਂ ਲੈ ਕੇ ਅੰਬਰਸਕ ਤੱਕ ਵੀ ਇੱਕ ਰੂਟ ਜਾਂਦਾ ਹੈ ਠੀਕ ਹੈ ਬਹੁਤ ਲੋਕਾਂ ਦਾ ਮੰਨਣਾ ਹੈ ਕਿ ਇਹ ਰੋਡ ਜੋ ਸਿਲਕ ਰੂਟ ਨਾਲ ਜੁੜੇਗਾ ਇੰਡੀਆ ਵੀ ਯੂਰਪ ਤੇ ਚਾਇਨਾ ਦੀ ਉਹ ਮਾਰਕ ਨਾ ਸਿੱਧਾ ਜੁੜ ਜਾਏਗਾ ਤੇ ਪੰਜਾਬ ਅੱਜ ਜਿਹੜੀ ਵੀ ਚੀਜ਼ ਬਣਾਉਂਦਾ ਉਗਾਉਂਦਾ ਜੋ ਵੀ ਕਰਦਾ ਸਾਰੀ ਇੰਡਸਟਰੀ ਪੰਜਾਬ ਦੀ ਉਸ ਨੀਚੋਂ ਮਟੀਰੀਅਲ ਲੈ ਕੇ ਆਂਦੀ ਹੈ ਦੇਸ਼ ਦੇ ਸਾਊਥ ਚੋਂ ਭਾਰਤ ਦੇ ਸਾਊਥ ਤੋਂ ਤੇ ਉਹਨੂੰ ਸਾਰਿਆਂ ਨੂੰ ਬਣਾ ਬਣੂ ਕੇ ਆਪਣੀ ਇੰਡਸਟਰੀ ਨੂੰ نیچے ਭੇਜ ਦਿੰਦੀ ਹੈ ਇੰਡਸਟਰੀ ਪੰਜਾਬ ਤੋਂ ਭੇਜਣ ਦਾ ਵੱਡਾ ਭਜਣ ਦਾ ਵੱਡਾ ਕਾਰਨ ਇਹੀ ਹੈ ਕਿ ਉਹ ਸਾਰਾ ਰੌ ਮਟੀਰੀਅਲ ਨੀਚੋਂ ਆਉਂਦਾ ਤੇ ਐਂਡ ਪ੍ਰੋਡਕਟ ਨੀਚੇ ਆ ਕੇ ਵਿਕਦਾ ਠੀਕ ਹੈ ਅਤੇ ਪੰਜਾਬ ਕੋਲ ਇਹਨੇ ਪੈਸੇ ਵੀ ਨਹੀਂ ਰਏ ਕਿ ਇੰਡਸਟਰੀ ਨੂੰ ਚੰਗੀ ਤਰ੍ਹਾਂ ਸਪੋਰਟ ਕਰ ਸਕੇ ਤੇ ਹੋਰ ਸੁਪਰ ਬੈਟਰ ਸਪੋਰਟ ਕਰ ਜੀ ਗ੍ਰੈਂਟਰਕ ਰੋਡ ਹੈ ਜੀ ਕਲਕੱਤੇ ਤੋਂ ਅੰਬਰਸਰਾਲੀ ਇਹ ਜੀ ਸਿਲਕ ਰੂਟ ਨਾਲ ਜੁੜਦੀ ਹੈ ਤੇ ਕਿੰਨੀ ਵੱਡੀ ਗੱਲ ਹੋ ਸਕਦੀ ਹੈ ਪਰ ਹਜੇ ਉਹ ਮਸਲਾ ਦੂਸਰਾ ਹੈ ਕਿਉਂਕਿ ਆਪਣਾ ਇੱਕ ਮੁਸ਼ਕਲਾ ਚੱਲ ਰਹੀ ਹੈ ਪਾਕਿਸਤਾਨ ਨਾਲ ਇਸ ਕਰਕੇ ਇਸ ਮਸਲੇ ਨੂੰ ਭੁੱਲ ਜੋ ਇਹਦਾ ਹੋਰ ਆਸਾਨ ਹੱਲ ਲੱਭਦੇ ਆ ਆਪਾਂ ਇਹ ਜਾਣਦੇ ਆਂ ਕਿ ਸੈਂਟਰਲ ਏਸ਼ੀਆ ਦੇ ਬੜੇ سارے ਦੇਸ਼ ਨੇ ਉਹਨਾਂ ਨੂੰ ਪੰਜਾਬ ਤੋਂ ਕਿੰਨੀਆਂ ਚੀਜ਼ਾਂ ਦੀ ਲੋੜ ਹੋ ਸਕਦੀ ਹੈ ਠੀਕ ਹੈ ਤੁਸੀਂ ਕਹੋਗੇ ਫਿਰ ਉੱਥੇ ਪਹੁੰਚੂਗਾ ਕਿ ਮਿਸਮਾਨ ਪਹਿਲੀ ਗੱਲ ਤਾਂ ਉਹਨਾਂ ਦਾ ਟ੍ਰੇਡ ਆਪਣੀ ਰੋਕੀ ਨਹੀਂ ਹੋਈ ਆਪਣੀ ਚਲੋ ਇੱਕ ਦੇਸ਼ ਨਾਲ ਰੋਕੀ ਹੋਈ ਹੈ ਜੇ ਤੁਹਾਨੂੰ ਗਵਰਨਮੈਂਟ ਆਫ ਇੰਡੀਆ ਦਾ ਨੋਟੀਫਿਕੇਸ਼ਨ ਜਾਰੀ ਕਰੋ ਦੇਖੋ 2019 ਵਿੱਚ ਉਹਨਾਂ ਨੇ 200% ਡਿਊਟੀ ਵਧਾਤੀ ਪਾਕਿਸਤਾਨ ਤੋਂ ਆਉਣ ਵਾਲੇ ਤੇ ਪਾਕਿਸਤਾਨ ਜਾਣ ਵਾਲੇ ਸਮਾਨ ਦੀ ਤੇ ਪਾਕਿਸਤਾਨ ਤੋਂ ਅੱਗੇ ਸਮਾਨ ਹਜੇ ਵੀ ਜਾ ਸਕਦਾ ਹਜੇ ਅੱਗੇ ਸਮਾਨ ਜਾ ਵੀ ਰਿਹਾ ਹੈ ਤਾਲਿਬਾਨ ਦੇ ਆਉਣ ਤੋਂ ਪਹਿਲਾਂ ਅਫਗਾਨਿਸਤਾਨ ਤੋਂ ਪਿਆਜ਼ ਆਂਦਾ ਸੀ ਅਮਰਸਦੀ ਮੰਡੀ ਚ ਇਹਦਾ ਮਤਲਬ ਉਹ 34 35 ਦੇਸ਼ਾਂ ਤੋਂ ਆਪਾਂ ਹਜੇ ਵੀ ਸਮਾਨ ਭੇਜ ਸਕਦੇ ਆ ਤੇ ਮੰਗਾ ਸਕਦੇ ਆ ਪੰਜਾਬ ਪਹਿਲਾਂ ਲੱਭੇਦਾ ਸੀ ਕਿ ਉਹ 34 35 ਦੇਸ਼ ਬੜੇ ਗਰੀਬ ਦੇਸ਼ ਨੇ ਉਹਨਾਂ ਨੂੰ ਪੰਜਾਬ ਦੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਆਪ ਉਹਨਾਂ ਉਹਨੂੰ ਕਰਨ ਦਾ ਮੈਂ ਤੁਹਾਨੂੰ ਇਸ ਤੋਂ ਵੀ ਆਸਾਨ ਤਰੀਕਾ ਦੱਸਦਾ ਹੁਣ ਹੁਣ ਅੰਬਰਸਰ ਤੋਂ ਤੁਰਕਮੇਨਿਸਤਾਨ ਹਰ ਰੋਜ਼ ਇੱਕ ਫਲਾਈਟ ਜਾਂਦੀ ਹੈ ਇਹਦੇ ਵਿੱਚ ਤਾਂ ਕੋਈ ਰੋਕ ਨਹੀਂ ਆਪਾਂ ਹਜੇ ਤੱਕ ਇਹ ਹੀ ਨਹੀਂ ਲੱਭਿਆ ਕਿ ਤੁਰਕਮੇਨਿਸਤਾਨ ਦੀ ਇੰਡਸਟਰੀ ਨੂੰ ਪੰਜਾਬ ਤੋਂ ਕਿਹੜੀ ਚੀਜ਼ ਦੀ ਲੋੜ ਹੈ ਉਹ ਜਹਾਜ਼ ਦੇ ਕਾਰਗੋ ਵਾਲੇ ਸੈਕਸ਼ਨ 'ਚ ਪਰਪਰ ਕੇ ਭੇਜਣ ਲੱਗ ਜੀ ਪਹਿਲਾਂ ਸ਼ੁਰੂਆਤ ਹੀ ਕਰ ਲਈਏ ਚੀਜ਼ਾਂ ਤਾਂ ਲੱਭਣੀਆਂ ਪੈਣਗੀਆਂ ਇਹ ਐਡੇ ਵੱਡੇ ਸਿਸਟਮ ਦੀ ਸ਼ੁਰੂਆਤ ਤੁਸੀਂ ਬੜੇ ਸਿੰਪਲ ਜੀ ਨਾਲ ਕਰ ਸਕਦੇ ਹੋ ਕਿ ਹਰ ਰੋਜ਼ ਅੰਬਰਸਰ ਤੁਰਕਮੇਨ ਫਲਾਈਟ ਜਾਂਦੀ ਹੈ ਮੈਂ ਤਾਂ ਚਾਹੁੰਗਾ ਕਿ ਇਨਵੈਸਟ ਪੰਜਾਬ ਆਪਣਾ ਇੱਕ ਛੋਟਾ ਜਿਹਾ ਦਫ਼ਤਰ ਆਪਣਾ ਚੰਗੀ ਦੋਸਤੀ ਹੈ ਦੇਸ਼ ਦੀ ਆਪਣੀ ਹਰ ਰੋਜ਼ ਉੱਥੇ ਫਲਾਈਟ ਜਾਂਦੀ ਹੈ ਉੱਥੇ ਪਤਾ ਕਰਨ ਕਿ ਵਪਾਰੀਆਂ ਨੂੰ ਕੀ ਲੋੜ ਹੈ ਕਿ ਪੰਜਾਬ ਹੈ ਜੋ ਕੀ ਚੀਜ਼ ਬਣਾਉਂਦਾ ਤੇ ਪੰਜਾਬ ਸਰਕਾਰ ਆਪਣੇ ਦੇ ਬਾਰੇ ਦੱਸੇਗੀ ਯਾਰ ਆ ਚੀਜ਼ ਹਰ ਰੋਜ਼ ਪਲੇਨ ਚ ਭਰ ਕੇ ਭੇਜਣੀ ਆ ਇੱਥੋਂ ਸਟਾਰਟ ਕਰੋ ਇੱਕ ਫਲਾਈਟ ਦੀਆਂ 10 ਹੋਣਗੀਆਂ 20 ਹੋਣਗੀਆਂ ਪਰਸੋਂ ਆਪਾਂ ਟਰੱਕ ਵੀ ਚਲਾ ਦਾਂਗੇ ਤੇ ਸੈਂਟਰੇਸ਼ਨ ਆਪਾਂ ਸੀ ਟ੍ਰੇਡ ਵੀ ਕਰਨ ਲੱਗ ਜਾਣਗੇ ਤੁਰਕਮੇਨਿਸਤਾਨ ਵਾਲਾ ਸੈਂਟਰ ਉਹ ਚੰਤ ਦੇਸ਼ ਨਾਲ ਗੱਲ ਵੀ ਕਰਦਾ ਰਹੇਗਾ ਵੀ ਤੁਹਾਨੂੰ ਕੀ ਕੀ ਚਾਹੀਦਾ ਦੇਖੋ ਆਪਾਂ ਨੂੰ ਹਰ 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 ਚੀਜ਼ ਦੇ ਹੱਲ ਲੱਭਣੇ ਪੈਣਗੇ ਸਾਨੂੰ ਸਾਡੀ ਜਵਾਨੀ ਵੀ ਬਚਾਣੀ ਹੈ ਸਾਨੂੰ ਸਾਡੀ ਕਿਸਾਨੀ ਵੀ ਕਿ ਵਪਾਰੀਆ ਤੋਂ ਭੱਜ ਰਿਹਾ ਮੈਂ ਤੁਹਾਨੂੰ ਕਿਹਾ ਨਾ 1991 ਤੋਂ ਬਾਅਦ ਜਿਹੜੇ ਦੇਸ਼ ਬਦਲਾਅ ਆਏ ਨੇ ਜਿਹਨੇ ਦੇਸ਼ ਦੇ ਵਪਾਰੀ ਨੂੰ ਤਾਕਤਵਰ ਕੀਤਾ ਪੈਸੇ کمان ਵਾਲਾ ਰਾਹ ਦੇ ਚਲਾਇਆ ਪੰਜਾਬ ਉਸ ਤੋਂ ਬਿਲਕੁਲ ਵੱੰਜਾ ਰਹਿ ਗਿਆ ਕੀ ਮੰਦਸ਼ੀ ਪਿੱਛੇ ਸਰਕਾਰ ਦੀਆਂ ਨਲਾਇਕੀਆਂ ਰਹੀਆਂ ਫਿਰ ਸਰਕਾਰਾਂ ਦੀਆਂ ਨਲਾਇਕੀਆਂ ਰਹੀਆਂ ਆ ਇੱਕ ਸਿਸਟਮ ਸੀ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਕਾਂਗਰਸ ਪਾਰਟੀ ਨੇ ਇਸ ਦੇਸ਼ ਦੇ ਅੰਦਰ ਜਦੋਂ ਸਰਕਾਰ ਸੀ ਕੀ ਕੀ ਗਰੀਹਰੀ ਕ੍ਰਾਂਤੀ ਐਮਐਸਪੀ ਐਪੀਐਮਸੀ ਮੰਡੀ ਸਰਕਾਰੀ ਖਰੀਦ ਮੰਨਰੇਗਾ ਪੰਜਾਬ ਨੂੰ ਕੀ ਕੀ ਦਿੱਤਾ ਹੂੰ ਤੁਸੀਂ ਮੈਂ ਤੁਹਾਨੂੰ ਹੁਣ ਦੀ ਗੱਲ ਦੇਖੋ 2004 ਤੋਂ 2014 ਵਿੱਚ ਕੇਂਦਰ ਵਿੱਚ ਮਨਮੋਹਨ ਸਿੰਘ ਜੀ ਦੀ ਸਰਕਾਰ ਸੀਗੀ। ਉਹਨਾਂ ਨੇ 71000 ਕਰੋੜ ਦਾ ਕਿਸਾਨੀ ਕਰਜ਼ਾ ਮਾਫ਼ ਕੀਤਾ ਸੀ। ਜੋਨ ਦੀ ਮੋਦੀ ਸਰਕਾਰ ਹੈ ਇਹ ਕੇਂਦਰ ਵਿੱਚ ਤੇ 1 ਰੁਪਏ ਦਾ ਵੀ ਕਿਸਾਨੀ ਕਰਜ਼ਾ ਮਾਫ਼ ਨਹੀਂ ਹੋਇਆ। 3.5 ਲੱਖ ਕਰੋੜ ਦਾ ਵਪਾਰੀ ਦਾ ਕਰਜ਼ਾ ਜਰੂਰ ਮਾਫ਼ ਹੋਇਆ। ਪੰਜਾਬ ਸਰਕਾਰ ਨੇ 2017 ਤੋਂ 2022 ਵਿੱਚ 8000 ਕਰੋੜ ਦਾ ਕਿਸਾਨੀ ਕਰਜ਼ਾ ਮਾਫ਼ ਕੀਤਾ। 1300 1200 1300 ਕਰੋੜ ਰੁਪਏ ਦਾ ਕਿਸਾਨ ਮਜ਼ਦੂਰ ਕਰਜ਼ਾ ਮਾਫ਼ ਕੀਤਾ। ਪਰ ਇਹ ਸਾਰੀ ਚੀਜ਼ਾਂ ਕੀਤੀਆਂ ਨੇ। ਇਹਦੇ ਇਹ ਪਰ ਇਹਦੇ ਨਾਲ ਨਾਲ ਜੋ ਸਾਡੇ ਅਕਾਲੀ ਦਲ ਦੀ ਸਰਕਾਰ ਰਹੀ ਤੇ ਕੈਪਟਨ ਸਾਹਾ ਦਾ ਜਿਸ ਤਰ੍ਹਾਂ ਦਾ ਰਾਜ ਰਿਹਾ ਅਸੀਂ ਉਹਦੇ ਖਿਲਾਫ ਲੜਦੇ ਕਿਉਂ ਰਹੇ ਕਿਉਂਕਿ ਉਹ ਇੱਕ ਸਿਸਟਮ ਚੱਲ ਰਿਹਾ ਸੀਗਾ ਜਿਹੜਾ ਪੰਜਾਬ ਨੂੰ ਉਹ ਤਰੱਕੀ ਵੱਲ ਜਾਣ ਤੋਂ ਰੋਕ ਰਿਹਾ ਸੀਗਾ ਉਹ ਕੁਝ ਨਿੱਜੀ ਜੇਬਾਂ ਵਿੱਚ ਪੰਜਾਬ ਦੇ ਪੈਸੇ ਵੀ ਜਾ ਰਹੇ ਸੀਗੇ ਤੇ ਜ਼ਿਆਦਾ ਇੰਟਰਸਟ ਇਸ ਗੱਲ 'ਚ ਰਹਿੰਦਾ ਸੀ ਕਿ ਕੁਝ ਲੋਕ ਪੈਸੇ ਕਮਾ ਸਕਣ ਮੈਂ ਤਾਂ ਆਪ ਪਰਸਨਲੀ ਸਾਡੇ ਪਲੇ ਦਾ ਕੁਝ ਨਹੀਂ ਲੜਾਈ ਲੜਦੇ ਰਹੇ ਉਸ ਸਿਸਟਮ ਦੇ ਖਿਲਾਫ ਤੇ ਮੈਂ ਉਮੀਦ ਕਰਾਂਗਾ ਕਿ ਪੰਜਾਬ ਹੁਣ ਉਹ ਚੰਗੇ ਸਿਸਟਮ ਵੱਲ ਵਧੇ ਤੇ ਮੈਂ ਕਾਂਗਰਸ ਪਾਰਟੀ ਵੀ ਇਸ ਕਰਕੇ ਹਾਂ ਮੈਨੂੰ ਪਤਾ ਹੈ ਇਹ ਪਾਰਟੀ ਹੈ ਜਿਹਦੇ ਮੰਚ 'ਚ ਉਹ ਹੈ ਇਦੇ ਕੋ ਨੀਤੀਆਂ ਨੇ ਇਹਦੇ ਕੋ ਲੀਡਰਸ਼ਿਪ ਹੈ ਇਹਦਾ ਐ ਐਕਸਪੀਰੀਅੰਸ ਹੈ ਦੋ ਦਸ਼ਕਾਂ ਤੋਂ ਪੰਜਾਬ ਨੂੰ ਚੰਗੇ ਰਾਹ ਤੇ ਚਲਾਇ ਜਿੰਦੇ ਦੇਸ਼ ਨੂੰ ਚੰਗੇ ਰਾਹ ਤੇ ਚਲਾਇਆ ਤੇ ਮੈਂ ਉਮੀਦ ਕਰਦਾ ਪੰਜਾਬ ਇਸ ਚੰਗੇ ਰਾਹ ਤੇ ਚੱਲੇਗਾ ਜਿਹੜੀ ਸਾਡੀ ਮੌਜੂਦਾ ਸਰਕਾਰ ਹੈ ਉਹ ਇਹ ਸਾਰੀ ਚੀਜ਼ਾਂ ਕਰਨ ਮੈਂ ਤੁਹਾਨੂੰ ਤੋਂ ਇਹ ਮੰਗ ਕਰਾਂਗਾ ਅਸੀਂ ਉਹਦੀ ਪਹਿਰੇਦਾਰੀ ਕਰੀਏ ਕਿਉਂਕਿ 5 ਸਾਲ ਦਾ ਕੋਈ ਮੌਕਾ ਬਹੁਤ ਛੋਟਾ ਮੌਕਾ ਨਹੀਂ ਹੈ ਬੜਾ ਲੰਬਾ ਮੌਕਾ ਹੈ ਐਨੀ ਆਪਾਂ ਬੈਠ ਸਕਦੇ ਕਿ ਅਸੀਂ ਆਵਾਂਗੇ ਤੇ ਕਰਾਂਗੇ ਮੈਂ ਚਾਹਨਾ ਕਿ ਆਮ ਆਦਮੀ ਪਾਰਟੀ ਸਰਕਾਰ ਇਹ ਸਾਰੀ ਚੀਜ਼ਾਂ ਕਰੇ ਕੋਆਪਰੇਟਿਵ ਕਾਨੂੰਨ ਸੈਂਟਰਲ ਏਸ਼ੀਆਨ ਟ੍ਰੇਡ ਇਨਵੈਸ ਫੂਡ ਪ੍ਰੋਸੈਸਿੰਗ ਐਗਰੋ ਪ੍ਰੋਸੈਸਿੰਗ ਇੰਡਸਟਰੀ ਵੱਤ ਤੋਂ ਵੱਧ ਕਿਸਾਨਾਂ ਦੇ ਹੱਥ 'ਚ ਹੋਇਆ ਜਿਹਦੀ ਤਾਕਤ ਜਿਹੜੇ ਕਿਸਾਨ ਫੂਡ ਪ੍ਰੋਸੈਸਿੰਗ ਦੀ ਐਗਰੋ ਪ੍ਰੋਸੈਸਿੰਗ ਚਲਾ ਰਹੇ ਹੋਏ ਇਹ ਸਭ ਚੀਜ਼ਾਂ ਵਾਲਾ ਆਪਣਾ ਹੋਣੀ ਬਣਨ ਦੀ ਲੋੜ ਹੈ ਦੇਖੋ ਸਵਾਲ ਇੱਥੇ ਬਣਦਾ ਤਾਂ ਨਹੀਂ ਪਰ ਇੱਕ ਜ਼ਰੂਰ ਇੱਕ ਮਨ 'ਚ ਹੈਈ ਹੈ ਫਿਰ ਇਹ ਸਿੱਧੂ ਮਾਡਲ ਦੇ ਵਿੱਚ ਸੀ ਪੰਜਾਬ ਮਾਡਲ ਦੇ ਵਿੱਚ ਸੀ ਜਦੋਂ ਜੋ ਨਵਜੋਤ ਸਿੰਘ ਸਿੱਧੂ ਬਿਆਨ ਕਰਦੇ ਸਨ ਤਾਂ ਲੋਕਾਂ ਨੇ ਕਿਉਂ ਨਹੀਂ ਉਸ ਵਕਤ ਸਮਝ ਪਾਈ ਇਹਨਾਂ ਚੀਜ਼ਾਂ ਨੂੰ ਜੋ ਹੁਣ ਤੁਸੀਂ ਸਮਝਾ ਰਹੇ ਹੋ ਦੇਖੋ ਮੈਂ ਤਾਂ ਮੈਂ ਆਪਣੇ ਵੱਲੋਂ ਤਾਂ ਬੜੀ ਸਿੰਪਲ ਜੀ ਗੱਲ ਸੋਚਦਾ ਕਿ ਇਹ ਤਾਂ ਬੜਾ ਲੰਮਾ ਰਾਜਨੀਤਿਕ ਸਫਰ ਹੈ ਰਾਜਨੀਤਿਕ ਸਫਰ ਦੇ ਅੰਦਰ ਦੀਜ ਦੇ ਰਾਜਨੀਤਿਕ ਸਫਰ ਦੇ ਅੰਦਰ ਜਿਹੜੀ ਇਲੈਕਸ਼ਨ ਹੈ ਇੱਕ ਬੜਾ ਛੋਟਾ ਜਿਹਾ ਵੈਂਟ ਹੁੰਦੀ ਅਸੀਂ ਜਿਵੇਂ ਵਿਆਹ ਦਾ ਵੈਂਟ ਨਹੀਂ ਹੁੰਦਾ ਸਾਰੇ ਨਜਕਾਰੇ ਹੁੰਦੇ ਤੇ ਫਿਰ ਉਹ ਸਭ ਕਰਨ ਤੋਂ ਪੈਂਦੇ ਪਰ ਰਾਜਨੀਤਿਕ ਸਫਰ ਬੜਾ ਲੰਮਾ ਹੁੰਦਾ ਸਮਾਜ ਉਹ 20 20 ਦਿਨ ਇੱਕ ਮਹੀਨੇ ਦੀ ਇਲੈਕਸ਼ਨ ਨਾਲ ਨਹੀਂ ਬਦਲਦਾ ਸਮਾਜ ਨੂੰ ਬਦਲਣ ਦਾ ਬੜਾ ਲੰਬਾ ਪ੍ਰੋਸੈਸ ਹੁੰਦਾ ਨਾ ਤਾਂ ਆਪਾਂ ਇੱਥੇ ਪੈਸਿਆਂ ਵਾਸਤੇ ਰਾਜਨੀਤੀ ਚ ਆਇਆ ਨਾ ਤਾਕਤ ਕਮਾਉਣ ਵਾਸਤੇ ਆਇਆ ਉਹ ਬੜੇ ਲੰਬੇ ਸਫ਼ਰ ਵਾਸਤੇ ਆਇਆ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਚੀਜ਼ਾਂ ਲਾਗੂ ਹੋਣਗੀਆਂ ਇਸ ਤੋਂ ਬਿਹਤਰ ਚੀਜ਼ਾਂ ਲਾਗੂ ਹੋਣਗੀਆਂ ਉਹ ਜਿਹੜੇ ਲੱਭਣ ਵਾਸਤੇ ਮੈਂ ਆਪਣਾ ਪੂਰਾ ਯਤਨ ਲਗਾਵਾਗਾ ਤੇ ਇਸ ਕੰਮ ਦੀ ਪਹਿਰੇਦਾਰੀ ਵੀ ਕਰਾਂਗਾ ਕਿ ਆਮ ਆਦਮੀ ਪਾਰਟੀ ਇਹ ਚੀਜ਼ਾਂ ਕਰੇ ਜੋ ਨਹੀਂ ਕਰਦੀ ਤੇ ਅਸੀਂ ਆਕੇ ਕਰਾਂਗੇ ਤੇ ਕਾਂਗਰਸ ਆਕੇ ਕਰੇਗੀ ਬਹੁਤ ਬਹੁਤ ਸ਼ੁਕਰੀਆ ਸੋ ਸਮਿਥ ਸਿੰਘ ਸਾਡ ਨਮਾਜੂ ਜੀ ਜਿਨ੍ਹਾਂ ਨੇ ਖੇਤੀਬਾੜੀ ਦੇ ਕ੍ਰਾਈਸਿਸ ਤੋਂ ਕਿਸ ਤਰ੍ਹਾਂ ਨਾਲ ਬਾਹਰ ਨਿਕਲਿਆ ਜਾ ਸਕਦਾ ਹੈ ਤੇ ਕਿਸ ਤਰ੍ਹਾਂ ਨਾਲ ਇੰਨਾਂ ਚੀਜ਼ਾਂ ਤੋਂ निजात ਪਾਇਆ ਜਾ ਸਕਦਾ ਹੈ ਤਾਂ ਉਸ ਬਾਬਤੇ ਦੇ ਉੱਤੇ ਜਿਹੜੀ ਗੱਲਬਾਤ ਆ ਉਹ ਕੀਤੀ ਹੈ ਉਮੀਦ ਹੈ ਕਿ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਬਾਕੀ ਹੋਰ ਖੇਤੀਬਾੜੀ ਦੇ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਫਿਰ ਤੋਂ ਹਾਜ਼ਰ ਹੋਵਾਂਗੇ ਸਮਰਪ੍ਰੀਤ ਸਿੰਘ ਨਾਲ ਵੀਡੀਓ ਜਰਨਲਿਸਟ ਪਰਪੂਸ਼ਨ ਚੰਡੀਗੜ੍ਹ